ਰਾਜਾ ਤੇ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਦਿੰਦੇ ਰਹਿਣ 10 ਤੱਕ ਤੁਹਾਡੀ ਤੇ ਚੰਨ ਪਰਦੇਸੀ ਦੀ ਸਾਂਝ ਰਵੇ ਪੱਕੀ ਇਸ ਲਈ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਨੂੰ ਲੋੜ ਹੈ ਤੁਹਾਡੀ ਸਪੋਰਟ ਤੇ ਤੁਹਾਡੇ ਸਾਥ ਦੀ ਚੰਨ ਪਰਦੇਸੀ ਰੇਡੀਓ ਨੂੰ ਸਪੋਰਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ chanpardesi.com ਤੇ ਵਿਜ਼ਿਟ ਕਰਕੇ ਰਾਈਟ ਸਾਈਡ ਤੇ ਬਣੇ ਸਬਸਕ੍ਰਿਪਸ਼ਨ ਆਪਸ਼ਨ ਚ ਜਾ ਕੇ 10 ਤੋਂ 2 ਦੋਸਤੋ ਏਸੀ ਇੱਕ ਪੈਗਾਮ ਰੇਡੀਓ ਚੰਨ ਪਰਦੇਸੀ ਵੱਲੋਂ ਆਵਾਜ਼ ਦੀ ਮਾਰਫਤ ਰੇਡੀਓ ਚੰਨ ਪਰਦੇਸੀ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰ ਤੇ ਦਾਨਸ਼ਵਰ ਦੋਸਤੋ ਤੁਹਾਡੀ ਖਿਦਮਤ ਚ ਸਾਡੇ ਮਸਲੇ ਤੇ ਸਾਂਝਾਂ ਦੇ ਪ੍ਰੋਗਰਾਮ ਦੀ ਅਗਲੇਰੀ ਕਿਸ਼ਤ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਤੁਹਾਡਾ ਮੇਜ਼ਬਾਨ ਗੁਰਬਚਨ ਮਾਨ। ਪ੍ਰੋਗਰਾਮ ਵਿਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਤੁਹਾਨੂੰ ਇਹ ਜਾਣ ਕੇ ਪ੍ਰਸੰਨਤਾ ਹੋਏਗੀ ਕਿ ਮੇਰੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਹਨ ਸਤਵਿੰਦਰ ਧਨੋਆ ਜੀ, ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਜੁੜ ਰਹੇ ਹਨ। ਸਤਵਿੰਦਰ ਧਨੋਆ ਖੁਦ ਸਤਰੰਗ ਪੀਂਗ ਵਰਗਾ ਹੈ। ਕਿੱਤੇ ਵਜੋਂ ਵਕੀਲ, ਪੱਤਰਕਾਰ, ਖਿਡਾਰੀ, ਅਦਾਕਾਰ, ਸ਼ਾਇਰ, ਜਿਸ ਦੀ ਕਲਮ ਤੋਂ ਪਲੇਠਾ ਕਾਵਿ ਸੰਗ੍ਰਹਿ, ਜਿੰਦ ਪੱਠੀ ਦੇ ਦਾਣੇ, ਪੰਜਾਬੀ ਟ੍ਰਿਬਿਊਨ ਦੇ ਮਿਆਰੀ ਕਾਲਮ ਨਵੀਸ ਚਰਨਜੀਤ ਭੁੱਲਰ ਦੇ ਸ਼ਬਦਾਂ ਚ, ਇਹ ਕਾਵਿ ਸੰਗ੍ਰਹਿ ਦਾਣਿਆਂ ਨਾਲ ਭਰੇ ਰੁੱਗ ਵਰਗਾ ਹੈ। ਰੂਹ ਦੇ ਰੱਜ ਲਈ ਇੱਕੋ ਪਰਾਗਾ ਕਾਫੀ ਹੈ। ਕੋਈ ਦਾਣਾ ਚੁੱਕ ਲਓ, ਛੋ ਤੋਂ ਹੀ ਪਤਾ ਲੱਗ ਜਾਏਗਾ ਹਰ ਕਵਿਤਾ ਦੀ ਸੁਰ ਜ਼ਿੰਦਗੀ ਦੇ ਨੇੜੇ ਹੈ। ਵਕੀਲ ਵਜੋਂ ਜਾਣਿਆ, ਸਿਆਸਤ ਦੀ ਮਸ ਦਿਖੀ, ਘਰੋਂ ਪੱਤਰਕਾਰ ਬਣ ਤੁਰਿਆ, ਅਦਾਕਾਰ ਬਣ ਗਿਆ। ਕਵਿਤਾ ਦਾ ਛੁਪਾ ਰੁਸਤਮ ਨਿਕਲਿਆ, ਜਿੰਦ ਪੱਠੀ ਦੇ ਦਾਣੇ ਦਾ ਸਮਰਪਣ, ਨਿਵੇਕਲਾ ਜ਼ਿੰਦਗੀ ਦਾ ਹਰ ਰੰਗ ਪਹਿਲੀ ਰਚਨਾ ਤੋਂ ਦਿਖਣ ਲੱਗ ਪੈਂਦਾ ਹੈ। ਅੱਕ ਦੇ ਪ੍ਰਭੂ ਦਾ ਉਹ ਬਚਪਨ ਵਿੱਚ ਲੈ ਜਾਂਦਾ ਹੈ ਔਰ ਉਸਦੇ ਇਤਿਹਾਸ ਲੈਂਸ ਲਾ ਕੇ ਵੇਖੋ, ਢਾਰਿਆਂ ਦੇ ਜਾਏ ਦੀ ਗੱਲ ਕਰਦਾ ਹੈ, ਮਲਵਈ ਪਛਾਣ ਵੀ ਚੇਤੇ ਕਰਾਉਂਦਾ ਹੈ, ਕਿਤੇ ਮਿਲਾਪ, ਕਿਤੇ ਤਾਂਗ, ਕਿਤੇ ਵਿਗੋਚਾ। ਇਸ ਪੁਸਤਕ ਦੇ ਸਰਵਰਕਰ ਬਾਰੇ, ਪ੍ਰਕਾਸ਼ਨ ਬਾਰੇ, ਪ੍ਰੋਜੈਕਟ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਬਾਰੇ ਕਾਫੀ ਕੁਝ ਜਾਣਾਂਗੇ, ਚੋਣਵੇਂ ਕਲਾਮ ਸੁਣਾਂਗੇ। ਸੋ ਜੁੜੇ ਰਹਿਣਾ। ਇਸ ਦੇ ਨਾਲ ਹੀ ਮੈਂ ਸਤਵਿੰਦਰ ਧਨੋਆ ਜੀ ਬਾਰੇ ਮੁੱਢਲੀ ਜਾਣਕਾਰੀ ਦੇ ਕਾਰਜ ਨੂੰ ਇੱਥੇ ਹੀ ਸਮੇਟਦਿਆਂ ਹੋਇਆਂ ਉਹਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਅਤੇ ਜੀ ਐਂ ਕਹਿਣਾ। ਸਤਵਿੰਦਰ ਧਨੋਆ ਜੀ, ਤੁਸੀਂ ਰੇਡੀਓ ਚੰਨ ਪਰਦੇਸੀ ਦੇ ਸਰੋਤਾ ਸਮੂਹ ਨੂੰ ਮੁਖਾਤਬ ਹੋ ਜੀ, ਕੀ ਕਹਿਣਾ ਚਾਹੋਗੇ ਸਤਵਿੰਦਰ ਜੀ? ਸਤਿ ਸ੍ਰੀ ਅਕਾਲ ਮਾਨ ਸਾਹਿਬ। ਸਤਿ ਸ੍ਰੀ ਅਕਾਲ। ਦੁਨੀਆਂ ਦੇ ਸਾਰੇ ਕੋਨੇ ਚ ਬੈਠੇ ਸਾਰੇ ਸਰੋਤਿਆਂ ਨੂੰ ਸਤਵਿੰਦਰ ਧਨੋਆ ਵੱਲੋਂ ਸਤਿ ਸ੍ਰੀ ਅਕਾਲ, ਅਦਾਬ। ਬਿਲਕੁਲ ਬਿਲਕੁਲ ਸਹੀ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਅਰਜ਼ ਕੀਤਾ ਸੀ, ਆਪਣੇ ਵੱਲੋਂ, ਅਦਾਰਾ ਚੰਨ ਪਰਦੇਸੀ ਵੱਲੋਂ ਔਰ ਦੇਸ਼ ਵਿਦੇਸ਼ ਦੇ ਬੇਅੰਤ ਜੁੜੇ ਹੋਏ ਸੂਝਵਾਨ ਸਰੋਤਾਂ ਦੀ ਤਰਫੋਂ ਤੁਹਾਨੂੰ ਫਿਰ ਤੋਂ ਜੀ ਆਇਆ। ਲਓ ਜੀ ਦੋਸਤੋ, ਮੇਰੇ ਨਾਲ ਸਤਵਿੰਦਰ ਧਨੋਆ ਜੀ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਔਰ ਉਹਨਾਂ ਦੀ ਇਸ ਮਹਿਫਲ ਦਾ ਆਗਾਜ਼ ਦੀ ਜਿਹੜੀ ਪਹਿਲੀ ਰਚਨਾ ਹੈ, ਸ਼ਾਇਦ ਉਹ ਅੱਕ ਦੇ ਪੱਬੂ ਨਾਮ ਦੀ ਜਿਹੜੀ ਰਚਨਾ ਹੈ ਉਹਦੇ ਤੋਂ ਕਰਨਾ ਸ਼ੁਰੂ ਕਰਨਗੇ ਅਤੇ ਫਿਰ ਜਿਵੇਂ ਜਿਵੇਂ ਇਹ ਕਵਿਤਾ ਦਾ ਪ੍ਰਵਾਹ ਚੱਲਦਾ ਜਾਏਗਾ ਉਹਨਾਂ ਬਾਰੇ, ਉਹਨਾਂ ਦੀ ਰਚਨਾਵਾਂ ਬਾਰੇ, ਉਹਨਾਂ ਦੇ ਉੱਪਰ ਲਿਖੇ ਹੋਏ ਹੁਣ ਤੱਕ ਟਿੱਪਣੀਆਂ ਅਤੇ ਪ੍ਰਤੀਕਰਮ ਬਾਰੇ ਕੁਝ ਚੰਗੀ ਜਾਣਕਾਰੀ ਜਿਹੜੀ ਹੈਗੀ ਹੈ ਮੈਂ ਆਪਣੇ ਵੱਲੋਂ ਵੀ ਸਾਂਝਾ ਕਰਦਾ ਜਾਵਾਂਗਾ। ਮੇਰਾ ਖਿਆਲ ਹੈ ਤੁਹਾਨੂੰ ਸਭ ਕੁਝ ਇਹ ਪਸੰਦ ਆਏਗਾ। ਲਓ ਜੀ, ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰੀਏ ਤੁਹਾਡੀ ਇਸ ਪਹਿਲੀ ਰਚਨਾ ਤੋਂ। ਜੀ ਸਤਵਿੰਦਰ ਧਨੋਆ ਜੀ, ਬਿਲਕੁਲ ਮਾਨ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਕਿ ਅੱਕ ਦੇ ਪੱਬੂ ਤੋਂ ਆਗਾਜ਼ ਹੋਣਾ ਚਾਹੀਦਾ, ਕਿਉਂਕਿ ਜਿਵੇਂ ਜ਼ਿੰਦਗੀ ਦਾ ਆਗਾਜ਼ ਬਚਪਨ ਤੋਂ ਹੁੰਦਾ
ਤੇ ਉਸੇ ਤਰ੍ਹਾਂ ਹੀ ਇਹ ਕਵਿਤਾ ਜਿਹੜੀ ਹੈਗੀ ਬਚਪਨ ਤੇ ਹੈ। ਜਿੰਨੇ ਲੋਕ ਸਾਡੇ 30+ ਨੇ, ਪਤਾ ਕਹਿ ਸਕਦੇ 30 ਸਾਲ ਤੋਂ ਉੱਤੇ ਵਾਲੇ ਆ, ਉਹ ਸਾਰੇ ਇਸ ਕਵਿਤਾ ਨੂੰ ਮੈਨੂੰ ਲੱਗਦਾ ਬਹੁਤ ਪਸੰਦ ਕਰਨਗੇ। ਖਾਸ ਕਰਕੇ ਜਿਹੜੇ NRI ਸਰੋਤੇ ਨੇ ਕੈਨੇਡਾ, ਅਮੈਰੀਕਾ ਜਾਂ ਹੋਰ ਮੁਲਕਾਂ ਚ ਵੱਸਦੇ ਨੇ, ਉਹਨਾਂ ਨੇ ਇਹ ਬਚਪਨ ਦੇਖਿਆ ਇੱਥੇ ਰਹਿ ਕੇ, ਉਹਨੂੰ ਚੰਗਾ ਲੱਗੂਗਾ। ਮੈਂ ਸ਼ੁਰੂ ਕਰ ਰਿਹਾ ਜੀ ਜ਼ਿਆਦਾ ਭੂਮਿਕਾ ਨਾਲ। ਇਰਸ਼ਾਦ ਜੀ, ਅੱਕ ਦੇ ਬੱਬੂ, ਹਾਂਜੀ ਮਾਨ ਸਾਹਿਬ, ਅੱਕ ਦੇ ਬੱਬੂ, ਅਸੀਂ ਮਾਲਵੇ ਚ ਜਾਂ ਸਾਡੇ ਸਾਬੋ ਕੇ ਇਲਾਕੇ ਚ ਜਿਹੜੀ ਅੱਕ ਨੀ ਹੁੰਦਾ ਜੀ, ਅੱਕ ਦੀ ਕੁਕੜੀ ਹੁੰਦੀ ਹੈ ਤੇ ਉਹਦੇ ਵਿੱਚ ਨਾ ਰੂੰ ਪੈਦਾ ਹੋ ਜਾਂਦੀ, ਸੁੱਕ ਜਾਂਦੀ ਆ। ਸਹੀ, ਉਹ ਰੂੰ ਆਪਣੇ ਆਪ ਹੀ ਉਹ ਕੁਕੜੀ ਖੁੱਲ ਜਾਂਦੀ ਆ ਤੇ ਉਹਦੇ ਵਿੱਚ ਨਾ ਰੂੰ ਉੱਡਣੀ ਸ਼ੁਰੂ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ, ਜੇਠ ਹਾੜ੍ਹ ਦੇ ਮਹੀਨੇ ਚ, ਤੇ ਉਹ ਉੱਡ ਉੱਡ ਕੇ ਆਉਂਦੀ ਹੈ ਤੇ ਉਹਨੂੰ ਬੱਚੇ ਫੜਦੇ ਫਿਰਦੇ ਦੇ ਪਿੱਛੇ ਭੱਜ ਕੇ ਉਹਨੂੰ ਫੜ ਲੈਂਦੇ ਹੱਥ ਚ ਬੋਲਾ ਜਾ, ਤੇ ਉਹ ਹੁੰਦੇ ਅੱਕ ਦੇ ਭੱਬੂ ਜਾ। ਉਹਨੂੰ ਕਿਤੇ ਅਲੱਗ ਅਲੱਗ ਇਲਾਕੇ ਤੇ ਅਲੱਗ ਅਲੱਗ ਬੋਲਿਆ ਜਾਂਦਾ, ਕਈ ਕਈ ਉਹਨੂੰ ਗੁੱਡੀ ਮਾਈ ਦਾ ਸ਼ਾਇਦ ਜਿਹੜਾ ਹੈਗਾ ਉਹ ਝਾਟਾ ਜਾਂ ਕੁਛ ਹੋਰ ਇਸ ਤਰ੍ਹਾਂ ਕੁਛ ਬੋਲਿਆ ਜਾਂਦਾ। ਉਹ ਰੰਗ ਰੱਤੇ ਦਿਨ ਬਚਪਨ ਦੇ ਜਦੋਂ ਅੱਕ ਦੇ ਭੱਬੂ ਫੜਦੇ ਸੀ, ਉਹ ਰੰਗ ਰੱਤੇ ਦਿਨ ਬਚਪਨ ਦੇ ਜਦੋਂ ਅੱਕ ਦੇ ਭੱਬੂ ਫੜਦੇ ਸੀ, ਸਾਡੀ ਆਪਣੀ ਖੁਦ ਮੁਖਤਿਆਰੀ ਸੀ, ਮਰਜ਼ੀ ਨਾਲ ਸਭ ਕੁਛ ਕਰਦੇ ਸੀ। ਅੱਜ ਗਲ ਪਈਆਂ ਨੇ ਝੰਬ ਸੁੱਤੇ, ਪਤਾ ਨੀ ਕਿਧਰੇ ਖੋ ਗਏ ਆ, ਵਕਤਾਂ ਦੀਆਂ ਗਰਦ ਗਵਾਰਾਂ ਵਿੱਚ ਖੁਦ ਅੱਕ ਦੇ ਭੱਬੂ ਹੋ ਗਏ। ਵਾਹ ਵਾਹ ਵਾਹ, ਫੇਰ ਪੜੇ, ਬਹੁਤ ਬਹੁਤ ਖੂਬਸੂਰਤ, ਕਿਆ ਬਾਤ ਹੈ ਜੀ। ਉਹ ਰੰਗ ਰੱਤੇ ਦਿਨ ਬਚਪਨ ਦੇ ਜਦੋਂ ਅੱਕ ਦੇ ਭੱਬੂ ਫੜਦੇ ਸੀ, ਸਾਡੀ ਆਪਣੀ ਖੁਦ ਮੁਖਤਿਆਰੀ ਸੀ, ਮਰਜ਼ੀ ਨਾਲ ਸਭ ਕੁਛ ਕਰਦੇ ਸੀ। ਅੱਜ ਗਲ ਪਈਆਂ ਨੇ ਝੰਬ ਸੁੱਤੇ, ਪਤਾ ਨੀ ਕਿਧਰੇ ਖੋ ਗਏ ਆ, ਵਕਤਾਂ ਦੀਆਂ ਗਰਦ ਗਵਾਰਾਂ ਵਿੱਚ ਖੁਦ ਅੱਕ ਦੇ ਭੱਬੂ ਹੋ ਗਏ ਆ। ਵਾਹ ਵਾਹ, ਖੁਦ ਜਦ ਬੇਰ ਸੀ ਲੱਗਦੇ ਮਲਿਆਂ ਨੂੰ, ਜਦ ਬੇਰ ਸੀ ਲੱਗਦੇ ਮਲਿਆਂ ਨੂੰ, ਭੱਜ ਸਕੂਲੋਂ ਤੁਰ ਜਾਣਾ, ਐਨ ਛੁੱਟੀ ਦੇ ਵਕਤ ਉੱਤੇ ਫਿਰ ਪਰਤ ਘਰਾਂ ਨੂੰ ਮੁੜ ਜਾਣਾ। ਸਕੂਲ ਜਾਣਾ ਜੀ, ਉਥੋਂ ਦਿਨਾਂ ਵੱਲੋਂ ਸਕੂਲੋਂ ਨਿਕਲ ਕੇ ਤੇ ਮਲਿਆਂ ਦੇ ਬੇਰ ਖਾਣ ਚਲੇ ਜਾਣਾ, ਤੇ ਉਹ ਜਦੋਂ ਛੁੱਟੀ ਹੋਣੀ ਤੇ ਬੱਚਿਆਂ ਦੇ ਨਾਲ ਹੀ ਰਲ ਜਾਣਾ, ਜਾਂਦੇ ਜਾਂਦੇ ਤੇ ਘਰਦਿਆਂ ਨੂੰ ਇਹ ਲੱਗਣਾ ਪੜ੍ਹ ਕੇ ਆਇਆ ਮੁੰਡਾ, ਇਹ ਨੀ ਪਤਾ ਉਹ ਵੇਰ ਬੂਰ ਖਾ ਕੇ ਆ ਗਿਆ। ਸੋ ਬੜੇ ਸਕੂਲਿੰਗ ਦੇ ਦਿਨ ਚੰਗੇ ਸੀ। ਜਦ ਬੇਰ ਸੀ ਲੱਗਦੇ ਮਲਿਆਂ ਨੂੰ, ਭੱਜ ਸਕੂਲੋਂ ਤੁਰ ਜਾਣਾ, ਐਨ ਛੁੱਟੀ ਦੇ ਵਕਤ ਉੱਤੇ ਫਿਰ ਪਰਤ ਘਰਾਂ ਨੂੰ ਮੁੜ ਜਾਣਾ। ਉਹ ਰੁੱਤ ਸੀ ਬੇਪਰਵਾਹੀਆਂ ਦੀ, ਉਦੋਂ ਰੱਬ ਨੀ ਚੇਤੇ ਆਉਂਦਾ ਸੀ, ਮਨ ਦਾ ਬਹੁਰਾ ਪੰਖੂ ਏ ਅੰਬਰਾਂ ਦੇ ਸੋਹਲੇ ਗਾਉਂਦਾ ਸੀ, ਪਈਆਂ ਤੇ ਨੰਗੇ ਪੈਰਾਂ ਨੂੰ ਕੰਡੇ ਟਕੋਰਾਂ ਕਰਦੇ ਸੀ, ਧਰਤੀ ਮਾਂ ਪੀੜਾਂ ਚੁਗ ਲੈਂਦੀ, ਵੰਗ ਮਿਰਗਾਂ ਚੁੱਗੀਆਂ ਭਰਦੇ ਸੀ, ਨਾ ਕੋਈ ਦੁੱਖ ਤਕਲੀਫਾਂ ਸੀ, ਨਾ ਫਿਕਰਾਂ ਸੀ, ਨਾ ਸਾਕੇ ਸੀ, ਘੜੀਆਂ ਸੀ ਮੱਥੇ ਟੇਕਦੀਆਂ, ਅਸੀਂ ਖੁਦ ਸਮਿਆਂ ਦੇ ਰਾਖੇ ਸੀ। ਵਾਹ 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 ਵਾਹ, ਫੇਰ ਫੇਰ ਪੜੀਆਂ ਮਗਰਲੀਆਂ ਦੋ ਲਾਈਨਾਂ। ਪੇਸ਼ ਕਰਨ ਦੀ ਜਿਹੜੀ ਤੁਹਾਡੀ ਚਿੱਤਰਕਲਾ ਹੈ, ਉਹ ਆਪਣੀ ਆਪ ਉਹ ਤਸਵੀਰਾਂ ਬਣਦੀਆਂ ਪਈਆਂ ਨੇ, ਔਰ ਇਹ ਕਿਸੇ ਸ਼ਾਇਰ ਵਾਸਤੇ ਇੱਕ ਬਹੁਤ ਬਹੁਤ ਪ੍ਰਾਪਤੀ ਵਾਲੀ ਗੱਲ ਹੁੰਦੀ ਹੈ ਜੀ। ਪਈਆਂ ਤੇ ਨੰਗੇ ਪੈਰਾਂ ਨੂੰ ਕੰਡੇ ਟਕੋਰਾਂ ਕਰਦੇ ਸੀ, ਧਰਤੀ ਮਾਂ ਪੀੜਾਂ ਚੁਗ ਲੈਂਦੀ, ਵੰਗ ਮਿਰਗਾਂ ਚੁੱਗੀਆਂ ਭਰਦੇ ਸੀ, ਨਾ ਕੋਈ ਦੁੱਖ ਤਕਲੀਫਾਂ ਸੀ, ਨਾ ਫਿਕਰਾਂ ਸੀ, ਨਾ ਫਾਕੇ ਸੀ, ਘੜੀਆਂ ਸੀ ਮੱਥੇ ਟੇਕਦੀਆਂ, ਅਸੀਂ ਖੁਦ ਸਮਿਆਂ ਦੇ ਰਾਖੇ ਸੀ। ਹੱਥਾਂ ਵਿੱਚ ਡੋਰਾਂ ਵਕਤ ਦੀਆਂ ਉੱਡਦੇ ਸੀ ਵੰਗ ਪਤੰਗਾਂ ਦੇ, ਹੱਥਾਂ ਵਿੱਚ ਡੋਰਾਂ ਵਕਤ ਦੀਆਂ ਉੱਡਦੇ ਸੀ ਵੰਗ ਪਤੰਗਾਂ ਦੇ, ਧਰਤੀ ਤੇ ਪੈਰ ਨੀ ਲੱਗਦੇ ਸੀ ਬਲਹਾਰੇ ਰੱਬ ਦੀਆਂ ਰੰਗਾਂ ਦੇ, ਕੁਦਰਤ ਨਾਲ ਸਾਂਝਾਂ ਪੀੜੀਆਂ ਸੀ, ਮੀਹਾਂ ਵਿੱਚ ਭਜਦੇ ਨਹਾਉਂਦੇ ਸੀ, ਮੱਝਾਂ ਦੀਆਂ ਪੂਛਾਂ ਫੜ ਫੜ ਕੇ ਛੱਪੜਾਂ ਵਿੱਚ ਤਾਰੀਆਂ ਲਾਉਂਦੇ ਸੀ। ਵਾਹ 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 ਵਾਹ, ਪਤੰਗਾਂ ਦਾ ਉਡਾਉਣਾ, ਵਾਹ ਵਾਹ, ਔਰ ਮੱਝਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਵਿੱਚ ਛਾਲਾਂ ਮਾਰਨੀਆਂ, ਵਾਹ ਵਾਹ, ਕਿਆ ਬਾਤ ਹੈ ਜੀ ਜੀ। ਅਗਲੀ ਗੱਲ ਕਹਿਣ ਲੱਗਿਆ, ਤੁਹਾਨੂੰ ਪਤਾ ਚੰਗਾ ਲੱਗਣਾ, ਸਾਰਿਆਂ ਨੂੰ ਚੰਗਾ ਲੱਗਣਾ ਜੀ। ਕਹਿੰਦੇ ਉਹ ਚੋਂ ਆਨਿਆਂ ਦੀ ਕੁਲਫੀ ਦੇ ਵੱਖਰੇ ਹੀ ਅੱਜ ਨਜ਼ਾਰੇ ਸੀ, ਉਹ ਦੇਖੋ ਜਦ ਤੋਂ ਹਰੀ ਲਾਲ ਰੰਗ ਬਰੰਗੀ ਕੁਲਫੀਆਂ ਨੇ ਸਕੂਲ ਕੋਲ ਜਿੱਥੇ ਆਉਂਦੀਆਂ ਸੀ, ਸਹੀ, ਉਹ ਚੋਂ ਆਨਿਆਂ ਦੀ ਕੁਲਫੀ ਦੇ ਵੱਖਰੇ ਹੀ ਅਜਮ ਨਜ਼ਾਰੇ ਸੀ, ਪੱਠੀ ਪੁੱਜੇ ਦਾਣੇ ਵੀ ਲੱਗਦੇ ਜੋ ਸ਼ੱਕਰ ਪਾਰੇ ਸੀ, ਸਾਉਣ ਮਹੀਨੇ ਖੀਰ ਪੂੜੇ ਤੇ ਗੁਲਗੁਲੇ ਮੱਠੀਆਂ ਪੱਕਦੇ ਸੀ, ਉਦੋਂ ਰੌਲੇ ਨੀ ਸੀ ਡਾਈਟਿੰਗ ਦੇ, ਸਭ ਠੰਡੇ ਮਿੱਠੇ ਪੱਕਦੇ ਸੀ। ਵਾਹ 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 ਵਾਹ। ਲਾ ਇੱਕ ਜਿਹੜੀ ਅਗਲੀ ਗੱਲ ਕਹਿਣ ਲੱਗਿਆ ਜੀ, ਉਹ ਹੈਗੀ ਆ, ਉਹ ਸੁਣਨ ਵਾਲੀ ਜੀ ਜੀ। ਲਾ ਚੱਕਾ ਥਾਂ ਐਂਟੀਨੇ ਦੀ, ਲਾ ਚੱਕਾ ਥਾਂ ਐਂਟੀਨੇ ਦੀ, ਫਿਰ ਟੈਲੀਵਿਜ਼ਨ ਲਾ ਲੈਂਦੇ, ਕੋਈ ਰੌਣਕ ਮੇਲਾ ਚਿੱਤਰਹਾਰ ਤੱਕ ਕੇਸੀ ਮਨ ਬਹਿਲਾ ਲੈਂਦੇ,
ਬਸ ਇੱਕੋ ਚੈਨਲ ਚੱਲਦਾ ਸੀ, ਸਭ ਆਣ ਕਬੀਲਾ ਵੇਂਦਾ ਸੀ। ਉਸ ਸਮੇਂ ਸੀ ਪਿਆਰ ਮੁਹੱਬਤਾਂ ਦੇ, ਕਦੇ ਮੱਥੇ ਵੱਟ ਨੀ ਪੈਂਦਾ। ਵਾਹ 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 ਵਾਹ, ਇੱਕੋ ਟੈਲੀਵਿਜ਼ਨ ਹੋਣਾ ਪੂਰੇ ਮੁਹੱਲੇ ਚ ਸਰ। ਕੀ ਬਾਤ ਹੈ, ਪੂਰੇ ਮੁਹੱਲੇ ਚ ਇੱਕ ਟੈਲੀਵਿਜ਼ਨ ਹੋਣਾ ਤੇ ਸਾਰਿਆਂ ਨੇ ਉੱਥੇ ਦੇਖਣ ਚਲੇ ਜਾਣਾ। ਕਿਸੇ ਨੇ ਕੋਈ ਇਹ ਨੀ ਕਹਿਣਾ ਸੀ ਤੂੰ ਕਿਉਂ ਆਇਆ ਸਾਡੇ ਘਰੇ। ਹੁਣ ਜੇ ਆਪਾਂ ਆਪਾਂ ਕਿਸੇ ਆਪਣੇ ਬੱਚੇ ਦੇ ਕਮਰੇ ਚ ਹੀ ਚਲੇ ਜਾਈਏ ਤਾਂ ਉਹ ਵੀ ਕਹਿੰਦਾ ਡੋਨਟ ਡਿਸਟਰਬ। ਇਹ ਸਹੀ ਹੈ, ਇਹ ਜਮਾਨਾ ਆ ਗਿਆ। ਉਸ ਸਮੇਂ ਵੇਖੋ ਕਦੇ ਲਾ ਚੱਕਾ ਤਾਂ ਐਂਟੀਨੇ ਦੀ, ਫਿਰ ਟੈਲੀਵਿਜ਼ਨ ਲਾ ਲੈਂਦੇ, ਕੋਈ ਰੌਣਕ ਮੇਲਾ ਚਿੱਤਰਹਾਰ ਤੱਕੇ ਸੀ ਮਨ ਬਹਿਲਾ ਲੈਂਦੇ। ਬਸ ਇੱਕੋ ਚੈਨਲ ਚੱਲਦਾ ਸੀ, ਸਭ ਆਣ ਕਬੀਲਾ ਵੇਂਦਾ ਸੀ। ਉਸ ਸਮੇਂ ਸੀ ਪਿਆਰ ਮੁਹੱਬਤਾਂ ਦੇ, ਕਦੇ ਮੱਥੇ ਵੱਟ ਨੀ ਪੈਂਦਾ ਸੀ। ਅੱਗੇ ਖਿਡੌਣਿਆਂ ਦੀ ਗੱਲ, ਸਭ ਦੇਸੀ ਖੇਡ ਖਿਡੌਣੇ ਸੀ, ਸਭ ਦੇਸੀ ਖੇਡ ਖਿਡੌਣੇ ਸੀ। ਸਾਈਕਲ ਦਾ ਟਾਇਰ ਭਜਾਉਂਦੇ ਸੀ, ਕਿਤੋਂ ਅੱਕ ਦਾ ਕਾਮੜਾ ਮਿਲ ਜਾਂਦਾ, ਬਹਿ ਕੇ ਪਿਸਤੌਲ ਬਣਾਉਂਦੇ। ਮਾਚਿਸ ਦੀਆਂ ਖਾਲੀ ਡੱਬੀਆਂ ਦਾ ਫਿਰ ਟੈਲੀਫੋਨ ਬਣਾ ਲੈਣਾ, ਮਾਚਿਸ ਦੀਆਂ ਖਾਲੀ ਡੱਬੀਆਂ ਦਾ ਫਿਰ ਟੈਲੀਫੋਨ ਬਣਾ ਲੈਣਾ, ਜਾਂ ਮੜ ਕੇ ਖਿੱਦੋ ਲੀਰਾਂ ਦੀ ਝੱਟ ਖੇਡ ਕੇ ਮਨ ਪਰਚਾ ਲੈਣਾ। ਕਿਆ ਬਾਤ ਹੈ, ਕਿਆ ਬਾਤ ਹੈ। ਬਾਂਦਰ ਕਿੱਲਾ ਪਿੱਠੂ ਰੁਸ਼ਕਤ ਗੁੱਲੀ ਡੰਡਾ ਖੇਡਾਂ ਦੀ, ਉਹ ਗੱਲ ਸੀ ਲਿਸ਼ਕ ਦੇ ਜੁੱਤਿਆਂ ਦੀ, ਕੌਡੀ ਵਿੱਚ ਪੈਂਦੀਆਂ ਰੇਡਾਂ ਦੀ। ਵਾਹ ਵਾਹ ਵਾਹ, ਬਾਂਦਰ ਕਿੱਲਾ ਪਿੱਠੂ ਰੁਸ਼ਕਤ ਗੁੱਲੀ ਡੰਡਾ ਖੇਡਾਂ ਦੀ, ਉਹ ਗੱਲ ਸੀ ਲਿਸ਼ਕ ਦੇ ਜੁੱਸਿਆਂ ਦੀ, ਕੌਡੀ ਵਿੱਚ ਪੈਂਦੀਆਂ ਰੇਡਾਂ ਦੀ, ਕਿਤੇ ਕਿੱਕਲੀ ਪਾਉਂਦੀਆਂ ਕੁੜੀਆਂ ਸੀ, ਕਿਤੇ ਪੀਚੋ ਗੀਟੇ ਰੋੜੇ ਸੀ। ਉਦੋਂ ਮਿੱਟੀ ਉਹ ਸਾਡੀ ਮਲਮ ਸੀ, ਹਟ ਜਾਂਦੇ ਪੁਰਸੀਆਂ ਤੋੜੇ। ਮਾਨਸਾ ਯਾਦ ਹੋਣਾ, ਹੁਣ ਅਸੀਂ ਬੱਚਿਆਂ ਨੂੰ ਰੋਕ ਦੇਂਗੇ ਮਿੱਟੀ ਚ ਨਾ ਖੇਡੋ, ਇਹਦੇ ਨਾਲ ਜਿਹੜਾ ਇਹ ਤੁਹਾਨੂੰ ਇਨਫੈਕਸ਼ਨ ਹੋ ਜਾਣੀ ਆ। ਅਸੀਂ ਪੜ੍ਹਦੇ ਹੁੰਦੇ ਸੀ, ਜੇ ਤੁਸੀਂ ਪੜ੍ਹਦੇ ਹੁੰਦੇ ਸੀਗੇ, ਫੋੜੇ ਹੋ ਜਾਣੇ ਲੱਤਾਂ ਤੇ, ਹੁਣ ਤਾਂ ਫੋੜੇ ਵੀ ਨੀ ਹੁੰਦੇ ਨਿਆਣਾ ਦੇ, ਮਿੱਟੀ ਪਾਈ ਜਾਣੀ ਉਹਦੇ ਉੱਪਰ, ਤੇ ਉਹ ਆਪੇ ਹੱਥ ਉੱਠ ਜਾਂਦੇ ਵਿਚਾਰੇ। ਇਹ ਠੀਕ ਹੈ, ਇਹ ਠੀਕ ਹੈ। ਨਹੀਂ ਉਹ ਤੁਸੀਂ ਇਹ ਸਾਰੀਆਂ ਤੁਹਾਡੇ ਜਿਹੜੇ ਉਸ ਸਮੇਂ ਦੇ ਤੁਸੀਂ ਇਹ ਚਿੱਤਰਕਾਰੀ ਕਰਦੇ ਜਾਂਦੇ ਹੋ ਸ਼ਬਦਾਂ ਰਾਹੀਂ, ਮੇਰਾ ਖਿਆਲ ਹੈ ਖਾਸ ਕਰਕੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਸੀਗਾ ਕਿ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਹੋਏ ਦੂਰ ਦੁਰਾਡੇ ਸੱਜਣ ਨੇ ਜਦੋਂ ਸੁਣ ਰਹੇ ਨੇ, ਉਹਨਾਂ ਨੂੰ ਕੋਈ ਆਪਣੀ ਵਿਛੜੀ ਧਰਤੀ ਦੇ ਜਿਹੜੇ ਇਹ ਸਾਰੇ ਸੀਨ ਨੇ ਉਹ ਮੇਰਾ ਖਿਆਲ ਹੋਰ ਵੀ ਵਧੇਰੇ ਟੁੰਬਦੇ ਨੇ, ਔਰ ਉਹਨਾਂ ਦੀ ਜਿਹੜੀ ਪੁਰਾਣੀ ਯਾਦ ਹੈ, ਉਹਨਾਂ ਦੀ ਜਿਹੜੀ ਮਹਿਕ ਹੈ, ਉਹ ਦੁਬਾਰਾ ਫਿਰ ਚੇਤਿਆਂ ਦੇ ਵਿੱਚ ਖਿੜ ਜਾਂਦੀ ਹੈ। ਬਹੁਤ ਅੱਛੇ, ਬਹੁਤ ਬਹੁਤ ਖੂਬਸੂਰਤ ਜੀ। ਮਿੱਟੀ ਦੇ ਨਾਲ ਮਿੱਟੀ ਹੋਣਾ, ਘਰ ਬਣਾਉਣੇ ਮਿੱਟੀ ਦੇ ਬਰਤਨ ਚ, ਮਿੱਟੀ ਦੇ ਨਾਲ ਮਿੱਟੀ ਹੋਣਾ, ਘਰ ਬਣਾਉਣੇ ਮਿੱਟੀ ਦੇ, ਧੁੱਪਾਂ ਦੇ ਵਿੱਚ ਸੜਦੇ ਰਹਿਣਾ, ਫਿਕਰ ਨਾ ਚਮੜੀ ਚਿੱਟੀ ਦੇ, ਕੋਈ ਸੁੱਧ ਨਾ ਚੜਦੇ ਲਹਿੰਦੇ ਦੀ, ਉਹ ਦੁਨੀਆਂ ਬੜੀ ਨਿਰਾਲੀ ਸੀ, ਭੱਜ ਡਾਲੇ ਦੇ ਨਾਲ ਲਟਕ ਜਾਣਾ, ਜਦ ਲੰਘਦੀ ਕੋਈ ਟਰਾਲੀ ਸੀ, ਟਰਾਲੀ ਲੰਘ ਜਾਂਦੀ ਹੁੰਦੀ ਮਾਨ ਸਾਹਿਬ, ਭੱਜ ਕੇ ਮਗਰ ਉਹਦੇ ਲਟਕ ਜਾਣਾ, ਬਿਲਕੁਲ ਬਿਲਕੁਲ ਲਮਕਦੇ ਹੋਏ ਪਿੱਛੇ। ਹਾਂ, ਕਿਆ ਬਾਤ ਹੈ, ਬਹੁਤ ਅੱਛੇ। ਜਿਹੜੀ ਅਗਲੀ ਗੱਲ ਕਹਿਣ ਜਾ ਰਿਹਾ ਸਾਰਿਆਂ ਨੂੰ ਚੰਗੀ ਲੱਗਣੀ ਆ, ਉਹ ਗੀਤ ਸੰਗੀਤ ਬਾਰੇ ਆ ਸਾਡੇ ਪੰਜਾਬੀ ਜੀ। ਮਿੱਠੇ ਬੋਲ ਸੀ ਬਾਬੇ ਯਮਲੇ ਦੇ, ਸਤਿਗੁਰ ਦੀ ਲੀਲਾ ਨਿਆਰੀ ਸੀ। ਵਾਹ ਵਾਹ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਨੀਜਾ ਲਾਲਾ ਵੇਂਦੀ ਦੁਨੀਆ ਸਾਰੀ ਹੈ। ਮਿੱਠੇ ਬੋਲ ਸੀ ਬਾਬੇ ਯਮਲੇ ਦੇ, ਸਤਿਗੁਰ ਦੀ ਲੀਲਾ ਨਿਆਰੀ ਸੀ, ਕਿਧਰੇ ਮਾਣਕ ਦੀਆਂ ਕਲੀਆਂ ਵਿੱਚ ਬੇਬੇ ਸੂਰ ਬੇਬੇ ਹੀਰ ਦੀ ਸੂਰਤ ਪਿਆਰੀ ਸੀ, ਔਲਾ ਵੇਖ ਗੋਰਖਾ ਉੜਦੀ ਅਫਲਕਾਰੀ। ਮਿੱਠੇ ਬੋਲ ਸੀ ਬਾਬੇ ਯਮਲੇ ਦੇ, ਸਤਿਗੁਰ ਦੀ ਲੀਲਾ ਨਿਆਰੀ ਸੀ, ਕਿਧਰੇ ਮਾਣਕ ਦੀਆਂ ਕਲੀਆਂ ਵਿੱਚ ਬੇਬੇ ਹੀਰ ਦੀ ਸੂਰਤ ਪਿਆਰੀ ਸੀ, ਅੱਜ ਸ਼ੋਰ ਸ਼ਰਾਬਾ ਗੀਤਾਂ ਚ ਨਸ਼ੇ ਬੰਬ ਟਾਸੂਏ ਤਿੱਖੇ ਨੇ, ਮਾੜਾ ਕਹਿੰਦੇ ਸੀ ਚਮਕੀਲੇ ਨੂੰ, ਉਹ ਗੁੱਡੀ ਦੀਦੀ ਕਿੱਥੇ ਨੇ। ਵਾਹ 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 ਵਾਹ। ਮਿੱਠੇ ਬੋਲ ਸੀ ਬਾਬੇ ਯਮਲੇ ਦੇ, ਸਤਿਗੁਰ ਦੀ ਲੀਲਾ ਨਿਆਰੀ ਸੀ, ਕਿਧਰੇ ਮਾਣਕ ਦੀਆਂ ਕਲੀਆਂ ਵਿੱਚ ਬੇਬੇ ਹੀਰ ਦੀ ਸੂਰਤ ਪਿਆਰੀ ਸੀ, ਅੱਜ ਸ਼ੋਰ ਸ਼ਰਾਬਾ ਗੀਤਾਂ ਚ ਨਸ਼ੇ ਬੰਬ ਟਾਸੂਏ ਤਿੱਖੇ ਨੇ, ਮਾੜਾ ਕਹਿੰਦੇ ਸੀ ਚਮਕੀਲੇ ਨੂੰ, ਉਹ ਗੁੱਡੀ ਦੀਦੀ ਕਿੱਥੇ ਨੇ। ਅੱਜ ਰੰਗ ਤਮਾਸ਼ੇ ਨਹੀਂ ਲੱਭਦੇ, ਨਾ ਰੌਣਕ ਲੱਭਦੀ ਸੱਥਾਂ ਦੀ, ਸਭ ਆਣ ਮਸ਼ੀਨਾਂ ਨਿਗਲ ਲਈ, ਉਹ ਬਰਕਤ ਮਿਹਨਤੀ ਹੱਥਾਂ ਦੀ, ਹੁਣ ਨਾ ਕੋਈ ਰੱਸੇ ਵੱਟਦਾ ਏ ਤੇ ਨਾ ਹੀ ਗਰਨੇ ਕੱਢਦਾ ਏ, ਜੁਗ ਆਇਆ ਕੰਬਾਈਨਾਂ ਦਾ, ਕੋਈ ਕੋਈ ਟਾਵਾਂ ਹੀ ਹੱਥੀ ਵੱਢਦਾ। ਹਾਂ, ਲਾਸਟ ਬੰਦ ਕਹਿਣ ਜਾ ਰਿਹਾ ਜੀ। ਲੰਘ ਗਈਆਂ ਮੌਜ ਬਹਾਰਾਂ ਜੋ, ਫੇਰ ਦੁਬਾਰਾ ਆਉਣਾ ਨਹੀਂ,
ਆਲੇ ਭੋਲੇ ਬਚਪਨ ਨੇ ਫਿਰ ਮੁੜ ਕੇ ਫੇਰਾ ਪਾਉਣਾ ਨਹੀਂ ਲੱਖ ਸੰਢੀਏ ਰੱਸਿਆਂ ਸ਼ੀਸ਼ਿਆਂ ਨੂੰ ਲੱਖ ਸੰਢੀਏ ਰੱਸਿਆਂ ਸ਼ੀਸ਼ਿਆਂ ਨੂੰ ਪਹਿਲਾਂ ਵਾਂਕਣ ਜੁੜਦੇ ਨਹੀਂ ਲੰਘੇ ਵਕਤ ਤੇ ਵਗ ਗਏ ਪਾਣੀ ਮੁੜ ਕੇ ਮਿੱਤਰਾ ਮੁੜਦੇ ਨਹੀਂ ਮੁੜ ਕੇ ਮਿੱਤਰਾ ਮੁੜਦੇ ਬਹੁਤ ਅੱਛੇ ਬਹੁਤ ਵਾਕਈ ਵਹਿੰਦੇ ਹੋਏ ਪਾਣੀ ਜਿਹੜੇ ਹੈਗੇ ਮੁੜ ਕੇ ਨਹੀਂ ਆਉਂਦੇ ਬਹੁਤ ਅੱਛੇ ਮੈਨੂੰ ਬਹੁਤ ਮੇਰਾ ਖਿਆਲ ਹੈ ਮੈਂ ਆਪਣੇ ਤੌਰ ਦੇ ਉੱਪਰ ਸਵਾਲ ਕਰਾਂਗਾ ਪਰ ਇਹ ਸਰੋਤਿਆਂ ਵੱਲੋਂ ਵੀ ਸਵਾਲ ਮੇਰਾ ਖਿਆਲ ਹੈ ਹੁਣ ਤੱਕ ਪੈਦਾ ਹੋ ਗਏ ਹੋਣਗੇ ਇਸ ਕਿਸਮ ਦੀ ਬਹੁਤ ਤੁਹਾਡੀ ਇਹ ਪਲੇਠੀ ਪੁਸਤਕ ਹੈ ਕਾਵਿ ਸੰਗ੍ਰਹਿ ਲੇਕਿਨ ਇਹ ਲੱਗਦਾ ਨਹੀਂ ਵੀ ਇਹ ਪਲੇਠ ਹੈ ਇਹਦੇ ਵਿੱਚ ਤੁਹਾਡੀ ਮੈਚਿਓਰਿਟੀ ਸਾਰੀਆਂ ਚੀਜ਼ਾਂ ਨੂੰ ਐਕਸਪ੍ਰੈਸ ਕਰਨ ਵਾਸਤੇ ਉਹਦੇ ਵਿੱਚ ਜਿਹੜੀ ਤੁਸੀਂ ਬਿੰਬਾਵਲੀ ਵਰਤਦੇ ਰਹੇ ਹੋ ਉਹ ਖਾਸ ਕਰਕੇ ਤੁਹਾਡੀ ਜ਼ੁਬਾਨ ਇੰਨੀ ਖੂਬਸੂਰਤ ਔਰ ਉਹਦੇ ਵਿੱਚ ਕਿੰਨੇ ਭੁੱਲੇ ਵਿਸਰੇ ਹੋਏ ਸ਼ਬਦ ਜਿਹੜੇ ਸਾਡੀ ਅੱਜ ਦੀ ਮੇਰਾ ਖਿਆਲ ਵੋਕੈਬਲਰੀ ਦੇ ਵਿੱਚੋਂ ਜਾਂ ਬੋਲਚਾਲ ਦੇ ਵਿੱਚੋਂ ਲੋਪ ਹੋਏ ਹੋਏ ਨੇ ਉਹ ਵੀ ਤੁਹਾਡੇ ਇਹਦੇ ਵਿੱਚੋਂ ਦਿਖਾਈ ਦੇ ਰਹੇ ਨੇ ਬਹੁਤ ਕੁਛ ਹੈ ਕਹਿਣ ਵਾਸਤੇ ਔਰ ਤੁਹਾਡੇ ਬਾਰੇ ਇਸ ਕਵਿਤਾ ਬਾਰੇ ਟਿੱਪਣੀਆਂ ਵੀ ਬੜੀਆਂ ਖੂਬਸੂਰਤ ਨੇ ਮੈਂ ਸ਼ੇਅਰ ਕਰਨਾ ਚਾਹਾਂਗਾ ਪਰ ਮੇਰਾ ਪਹਿਲੀ ਗੱਲ ਹੈਗੀ ਹੈ ਕਿ ਇਸ ਕਿਸਮ ਦੇ ਵਧੀਆ ਪ੍ਰੋਜੈਕਟ ਨੂੰ ਮੁਕੰਮਲ ਕਰਨ ਵਾਸਤੇ ਕਿੰਨੀਆਂ ਹੀ ਸ਼ਖਸੀਅਤਾਂ ਦਾ ਇਹਦੇ ਵਿੱਚ ਸਾਰਥਕ ਯੋਗਦਾਨ ਹੋਏਗਾ ਮੇਰਾ ਖਿਆਲ ਹੈ ਉਹਨਾਂ ਹਸਤੀਆਂ ਦਾ ਵੀ ਥੋੜਾ ਬਹੁਤਾ ਤੁਹਾਡੇ ਕੋਲੋਂ ਜਾਣਦੇ ਜਾਈਏ ਇਹ ਸਰੋਤਿਆਂ ਦੀ ਸੂਝ ਵਾਸਤੇ ਵੀ ਜ਼ਰੂਰੀ ਹੈ ਔਰ ਜਿਹੜੇ ਲੋਕਾਂ ਨੇ ਤੁਹਾਨੂੰ ਇਸ ਕਿਸਮ ਦਾ ਸਾਥ ਦਿੱਤਾ ਹੈਗਾ ਉਹਨਾਂ ਦੀ ਰੈਕੋਗਨੀਸ਼ਨ ਜਿਹੜੀ ਹੈਗੀ ਹੈ ਉਹ ਵੀ ਬਣਦੀ ਹੈ ਜੀ ਮਾਨ ਸਾਹਿਬ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਨਾ ਬੜਾ ਰੈਲੀਵੈਂਟ ਤੇ ਚੰਗਾ ਕੁਐਸਚਨ ਹੈ ਤੁਸੀਂ ਦੇਖੋ ਕੋਈ ਵੀ ਪ੍ਰੋਜੈਕਟ ਹੁੰਦਾ ਇਹ ਤਾਂ ਚਲੋ ਕੋਤਾਲ ਤਾਂ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਆਪਾਂ ਦੇਖਿਆ ਜਾਵੇ ਤਾਂ ਉਹ ਇੱਕ ਟੀਮ ਵਰਕ ਹੁੰਦਾ ਕਿਸੇ ਚੀਜ਼ ਨੂੰ ਕਾਮਯਾਬ ਬਣਾਉਣ ਵਾਸਤੇ ਬਿਲਕੁਲ ਜੇ ਇਸ ਕਿਤਾਬ ਦੀ ਗੱਲ ਕਰੀਏ ਤਾਂ ਇਹਦਾ ਬੇਸ਼ੱਕ ਇਹਦਾ ਜਿਹੜਾ ਇਹਨੂੰ ਇਹਦੀ ਜਿਹੜੀ ਇਹਨੂੰ ਜਿਹੜਾ ਲਿਖਿਆ ਉਹਦਾ ਜਿਹੜਾ ਪਰਮਾਤਮਾ ਨੇ ਮੈਨੂੰ ਸਿਹਰਾ ਦਿੱਤਾ ਉਹਦਾ ਲਿਖਣ ਦਾ ਪਰ ਇਹਦੇ ਵਿੱਚ ਬਹੁਤ ਸਾਰੇ ਹੋਰ ਵੀ ਸੱਜਣ ਮੌਜੂਦ ਨੇ ਜਿਹਨਾਂ ਨੇ ਸਾਥ ਦਿੱਤਾ ਮੇਰਾ ਸਭ ਤੋਂ ਪਹਿਲਾਂ ਤਾਂ ਇਹਦੇ ਟਾਈਟਲ ਦੀ ਗੱਲ ਕਰੀਏ ਜਿਹੜਾ ਇਹਦਾ ਟਾਈਟਲ ਹੈ ਹਰੇਕ ਕਹਿ ਰਿਹਾ ਕਿ ਦਿੱਖ ਬੜੀ ਸੋਹਣੀ ਹੈ ਕਿਤਾਬ ਦੀ ਉਹ ਟਾਈਟਲ ਬਹੁਤ ਮਸ਼ਹੂਰ ਚਿੱਤਰਕਾਰ ਨੇ ਪੰਜਾਬ ਦੇ ਸਰਦਾਰ ਗੁਰਦੀਪ ਸਿੰਘ ਪੰਨੂ ਉਹਨਾਂ ਨੇ ਬਣਾਇਆ ਉਹਨਾਂ ਨੇ ਮੈਨੂੰ ਪਹਿਲੀ ਕਿਤਾਬ ਦਾ ਕਿਸੇ ਦਾ ਬਣਾਇਆ ਜੀ ਅੱਜ ਤੱਕ ਕਿਸੇ ਕਦੇ ਵੀ ਉਹਨਾਂ ਨੇ ਕਿਸੇ ਕਿਤਾਬ ਦਾ ਟਾਈਟਲ ਨਹੀਂ ਬਣਾਇਆ ਇਹਦੇ ਪਿੱਛੇ ਵੀ ਇੱਕ ਬੜੀ ਕਹਾਣੀ ਹੈ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਮੈਂ ਟਾਈਟਲ ਬਣਾਉਣਾ ਚਾਹੁੰਦਾ ਮੇਰੇ ਕੋਈ ਪਸੰਦ ਨਹੀਂ ਆਇਆ ਤੇ ਮੈਨੂੰ ਕਹਿੰਦੇ ਯਾਰ ਮੇਰੇ ਕੋਲ ਟਾਈਮ ਨੀ ਹੁੰਦਾ ਤੇ ਇਸ ਤਰ੍ਹਾਂ ਕਰਕੇ ਮੈਂ ਉਹਨਾਂ ਨੂੰ ਫੇਰ ਕਿਹਾ ਮੈਨੂੰ ਕਹਿੰਦੇ ਚੱਲ ਚੰਗਾ ਐ ਕਰ ਤੂੰ ਮੈਨੂੰ 5 ਕਵਿਤਾਵਾਂ ਭੇਜ ਦੇ ਆਪਦੀਆਂ ਮੈਂ ਵੇਖ ਲੈਣਾ ਪਰ ਮੇਰੇ ਕੋਲ ਟਾਈਮ ਨੀ ਹੁੰਦਾ ਫਿਰ ਤੁਸੀਂ ਕਹੋਗੇ ਇਦਾਂ ਕਰਕੇ ਮੈਂ ਚਲੋ ਉਹਨਾਂ ਨੂੰ 5 ਕਵਿਤਾਵਾਂ ਭੇਜੀਆਂ ਤੇ 5 ਕਵਿਤਾਵਾਂ ਉਹਨਾਂ ਨੇ ਪੜ੍ਹੀਆਂ ਤੇ ਮੈਨੂੰ ਅੱਧੇ ਘੰਟੇ ਬਾਅਦ ਫੋਨ ਆ ਗਿਆ ਮੈਨੂੰ ਕਹਿੰਦੇ ਸਤਵਿੰਦਰ ਮੈਂ ਬਣਾਊਂਗਾ ਕੋਈ ਗੱਲ ਨੀ ਤੇ ਫਿਕਰ ਹੋ ਜਾਂਦਾ ਤੇ ਫਿਰ ਉਹਨਾਂ ਨੇ ਬਣਾਇਆ ਜੀ ਮੈਂ ਉਹਨੂੰ ਕਿਹਾ ਭਾਜੀ ਪੈਸੇ ਕਿੰਨੇ ਮਿਹਨਤ ਆਉਣਾ ਕਿੰਨਾ ਤੁਹਾਡਾ ਮੈਨੂੰ ਕਹਿੰਦੇ ਕੁਛ ਨੀ ਆ ਤੇਰੇ ਕੁਛ ਨੀ ਲੈਣਾ ਕਹਿੰਦੇ ਤੇਰੀਆਂ ਕਵਿਤਾਵਾਂ ਬਹੁਤ ਸੋਹਣੀਆਂ ਲੱਗੀਆਂ ਮੈਨੂੰ ਤੇ ਮੈਨੂੰ ਬਣਾ ਕੇ ਮਜ਼ਾ ਆਇਆ ਜਿਹੜੀ ਤੁਸੀਂ ਦੇਖੋਗੇ ਕਿਰਤ ਉਹ ਬਹੁਤ ਸੋਹਣੀ ਬਣੀ ਹੋਈ ਹੈ ਕਿਤਾਬ ਦੇ ਉੱਤੇ ਇਸੇ ਤਰ੍ਹਾਂ ਭੁੱਲਰ ਸਾਹਿਬ ਦੀ ਗੱਲ ਕਰਦੇ ਆ ਚਰਨਜੀਤ ਭੁੱਲਰ ਬਹੁਤ ਵੱਡੇ ਨਾਵਾਂ ਨਿਗਾਰ ਨੇ ਉਹਨਾਂ ਦੇ ਜਿਹੜਾ ਹੈਗਾ ਮੋਢਿਆਂ ਦੇ ਉੱਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਉਹ ਸਾਰਾ ਦਿਨ ਲਿਖਣ ਪੜ੍ਹਨ ਦੇ ਵਿੱਚ ਜਿਹੜਾ ਹੈਗਾ ਆਪਦੇ ਫੀਲਡ 'ਚ ਲੱਗੇ ਹੁੰਦੇ ਆ ਜਦੋਂ ਉਹਨੂੰ ਕਿਹਾ ਭਾਜੀ ਮੈਂ ਕਿਤਾਬ ਲਿਖ ਰਿਹਾ ਮੈਂ ਜਿੰਦ ਭੱਠੀ ਜਿੱਦਾਂ ਨੇ ਉਹ ਮੈਨੂੰ ਕਹਿੰਦੇ ਯਾਰ ਸਤਵਿੰਦਰ ਵਧੀਆ ਗੱਲ ਤੇ ਮੈਂ ਕਿਹਾ ਜੀ ਇਹਦਾ ਇਹਦੀ ਜਿਹੜਾ ਮੁੱਖ ਬੰਦਾ ਉਹ ਤੁਸੀਂ ਲਿਖਾਓ ਕਹਿੰਦੇ ਮੈਂ ਲਿਖਣਾ ਮੈਂ ਕਿਹਾ ਹਾਂ ਕਹਿੰਦੇ ਕਵਿਤਾ ਖਰੜਾ ਕਿੱਥੇ ਹੈ ਕਹਿੰਦੇ ਯਾਰ ਪਹਿਲਾਂ ਲਿਖ ਰਿਹਾ ਕਿਸੇ ਵਾਸਤੇ ਹਨਾ ਤੇਰੇ ਵਾਸਤੇ ਲਿਖੂਗੀ ਕੋਈ ਗੱਲ ਨੀ ਉਹਨਾਂ ਨੇ ਵੀ ਖਿੜੇ ਮੱਥੇ ਮੇਰਾ ਸਵੀਕਾਰ ਕੀਤਾ ਉਹਨਾਂ ਨੂੰ ਮੈਂ ਖਰੜਾ ਦਿੱਤਾ ਉਹਨਾਂ ਨੇ ਪੜ੍ਹ ਕੇ ਜਦੋਂ ਕਿ ਚਰਨਜੀਤ ਭੁੱਲਰ ਵਰਗੇ ਬੰਦੇ ਨੂੰ ਕੋਈ ਇੱਧਰ ਉੱਧਰ ਪੜ੍ਹਨ ਦਾ ਸਮਾਂ ਹੀ ਹੈ ਨੀ ਗਾ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੇ ਵੀ ਕੀਤਾ ਹਨਾ ਭਾਈ ਸਾਹਿਬ ਤੇ ਸੋ ਇਹਨਾਂ ਸਾਰੇ ਲੋਕਾਂ ਦੀ ਜਿਹੜੀ ਹੈਗੀ ਆ ਮਿਹਨਤ ਹੈ ਕੁਛ ਹੋਰ ਵੀ ਲੋਕ ਹੈਗੇ ਨੇ ਕੈਲੀਵਰ ਪਬਲੀਕੇਸ਼ਨ ਹੈ ਕੈਲੀਵਰ ਪਬਲੀਕੇਸ਼ਨ ਦਾ ਸਾਰਾ ਉਹ ਸਟਾਫ ਹੈ ਜਿਹੜਾ ਪਰਦੇ ਦੇ ਪਿੱਛੇ ਕੰਮ ਕਰਦਾ ਹਨਾ ਕੁੜੀ ਹੈ ਸੋਨੀ ਸਿਮਰ ਹੈ ਕਮਲ ਸੇਖੋ ਹੈ ਇਹ ਸਾਰੇ ਲੋਕਾਂ ਨੇ ਜਿਹੜਾ ਹੈਗਾ ਉਹਦਾ ਪੜਿਆ ਉਹਦਾ ਪਰੂਫ ਵਗੈਰਾ ਜਾਂ ਕੁਛ ਹੋਰ ਉਹ ਸਾਰੇ ਲੋਕਾਂ ਦੀ ਅਣਥੱਕ ਮਿਹਨਤ ਕਰਕੇ ਜਿਹੜੀ ਕਿਤਾਬ ਸਾਹਮਣੇ ਆਈ ਹੈ ਜੀ ਹਾਂਜੀ ਮਨਪ੍ਰੀਤ
एक मेरा ख्याल है जड़ी टिप्पणी वह भी ट्रिब्यून दे मुक्तसर साहब दे नामा निगार ने गुरसेवक प्रीत मेरा ख्याल है ये स्रोतियां लई भी पसंद आएगी। उहदे च लिखदे ने जिंद भट्ठी दे दाणे वाला सतविंदर धनोआ लबा लब ऊर्जा नाल भरपूर बहु गुणी शख्स ते यारां दा यार है। ओ इको वेले पत्रकार वकील एक्टर कवि सियासतदान ते टिप्पणीकार है। जिन्ना उहदा खोल उपरों सख्त है अंदरों ओ उन्ना ही कूल है। मैं उहदी कविता दा पहला नमूना मुक्तसर एक साहित्यक समागम विच वेख्या सी ते हुण उहदी भट्ठी ते भुजदी जिंद च वेख्या। किताब दी खूबसूरत दिख दसदी है कि पढ़न तो पहला पाठक प्यार नाल सरशार हो जांदा है। उस तो अगे ब्रह्मंडी समर्पण ते 18 खंडी स्वै वृतांत धनोआ दी रग रग तो वाकफ करवा दिंदा है। सतविंदर नूं भट्ठी पुजे दाणे दी भी शक्कर पारे लगदे ने। वह अपने हथी सिवा बाल के सेक सकदा है। लुक लुक के हंजू पूंज के हिजरां दे हीरियां वर्गे फटा वांग माला माल हो सकता है। गीत वेच के वैन खरीद सकता है ते होर भी बहुत कुछ अपनी कविता दी मार्फत कर सकता है। सतविंदर दी पहली काव पुस्तक नूं खुशामदीद कहिंदा होया उस पासों होर बुलंद उडारियां ली आसवंद हां। ए शब्द सन गुरसेवक प्रीत होणा दे जो पंजाबी ट्रिब्यून मुक्तसर दे रिप्रेजेंटेटिव ने। बहुत शानदार जी। नाल थोड़ी कविता दा प्रवाह भी चलदा जाए ते थोड़े बारे जो कुछ दूसरे दोस्त कह रहे ने ओदा भी नाल नाल जिक्र करदे जावांगे जी। सतविंदर जी हां जी, मैं रात प्रीत साहब दा फोन आया सी गुरसेवक प्रीत जी दा। मैनूं मैं उहनां दा छोटा भरा है, वड्डे वीर ने मेरे बड़े रिस्पेक्टेबल ने ते साडी बार दे मैंबर भी ने। उहनां ने वकालत करनी सी पिछे जे ते उहनां ने मैनूं रात फोन कीता। मैनूं कहिंदे सतविंदर मैं बड़े इमोशनल जे सीगे जदों फोन कीता। ਕਹਿੰਦੇ ਯਾਰ ਮੈਂ ਜਿੰਦ ਭੱਠੀ ਦਾਣੇ ਪੜ੍ਹ ਲਈ ਆ ਤੇ ਉਹਦੇ ਬਾਰੇ ਲਿਖ ਵੀ ਦਿੱਤਾ ਉਹਨਾਂ ਨੇ। ਮੈਨੂੰ ਦੱਸਿਆ, ਮੈਨੂੰ ਪਤਾ ਵੀ ਨਹੀਂ ਸੀਗਾ, ਉਹਨਾਂ ਨੇ ਮੈਨੂੰ ਟੈਗ ਨਹੀਂ ਕੀਤਾ ਸੀ ਅਸੀਂ ਉੱਥੇ ਜਾ ਕੇ। ਕਹਿੰਦੇ ਮੈਂ ਲਿਖ ਵੀ ਦਿੱਤਾ, ਕਹਿੰਦੇ ਤੂੰ ਇਹ ਜਿਹੜੀ ਕਵਿਤਾ ਦੀ ਉਮਰ ਬਹੁਤ ਕਿਤਾਬ ਦੀ ਉਮਰ ਲੰਬੀ ਹੈ, ਮੈਨੂੰ ਇਹਨਾਂ ਨੇ ਵਧਾਈਆਂ ਦਿੱਤੀਆਂ। ਮੈਨੂੰ ਕਹਿੰਦੇ ਯਾਰ ਬਹੁਤ ਵਧੀਆ ਤੂੰ ਲੀਹ ਤੋੜ ਕੇ ਲਿਖਿਆ ਸਭ ਕੁਛ ਤੇ ਇਸ ਕਰਕੇ ਤੂੰ ਇਹਦੇ ਬਾਰੇ ਫਿਕਰਮੰਦ ਨਾ ਹੋ। ਕਹਿੰਦੇ ਤੂੰ ਕਿਤਾਬ ਦਾ ਭਾਰ ਨਹੀਂ ਧੋਣਾ, ਹੁਣ ਜਿੰਦ ਭੱਠੀ ਦੇ ਦਾਣੇ ਨੇ ਤੇਰਾ ਭਾਰ ਧੋਣਾ ਤੇ ਤੇਰੀ ਭਵਿੱਖ ਦੇ ਵਿੱਚ ਜਿਹੜੀ ਜਿੰਮੇਵਾਰੀ ਉਹ ਵੱਡੀ ਹੋਗੀ ਤੇ ਹੁਣ ਦੂਜੀ ਕਿਤਾਬ ਵਾਸਤੇ ਤੈਨੂੰ ਬਹੁਤ ਤਕੜੇ ਹੋ ਕੇ ਆਉਣਾ ਪੈਣਾ। ਮੈਂ ਕਿਹਾ ਭਾਜੀ ਮੈਂ ਤਾਂ ਸੋਚਿਆ ਨੀ ਸੀ ਕਿ ਦੂਜੀ ਕਿਤਾਬ ਵੀ ਲੈ ਕੇ ਆਉਣੀ ਹੈ। ਮੈਂ ਤਾਂ ਬੜਾ ਸਬਰ ਜਿਹੇ ਵਾਲਾ ਇਨਸਾਨ ਆ, ਮੈਂ ਤਾਂ ਇਹ ਸੋਚ ਕੇ ਆਇਆ ਕਿ ਮੇਰੀ ਪਹਿਲੀ ਤੇ ਆਖਰੀ ਕਿਤਾਬ ਹੈ। ਹੁਣ ਉਹ ਬਾਕੀ ਉਸ ਮਹਾਰਾਜ ਦਾ ਉਸ ਕਾਦਰ ਦਾ ਹੈਗਾ, ਜੇ ਉਹਨੇ ਮੈਨੂੰ ਦੂਜੀ ਲਿਖਾਉਣੀ ਹੋਈ ਤਾਂ ਮੈਂ ਦੂਜੀ ਵੀ ਮਤਲਬ ਕਰ ਲਵਾਂਗਾ। ਪਰ ਫਿਲਹਾਲ ਤਾਂ ਮੇਰਾ ਕੋਈ ਏਦਾਂ ਦਾ ਕੋਈ ਪ੍ਰੋਗਰਾਮ ਨੀ ਮੇਰੇ ਵਿੱਚ ਕਿ ਮੈਂ ਦੂਜੀ ਕਿਤਾਬ ਜਲਦੀ ਲੈ ਕੇ ਆ। ਬਿਲਕੁਲ ਤੁਹਾਡੀਆਂ ਰਚਨਾਵਾਂ ਬਾਰੇ ਕਿਉਂਕਿ ਤੁਸੀਂ ਇਹਦਾ ਸਮਰਪਣ ਕਰ ਬੈਠੇ ਹੋ, ਪਬਲਿਕ ਲਈ ਰਿਲੀਜ਼ ਹੋ ਚੁੱਕੀ ਹੈ ਇਹ ਪੁਸਤਕ, ਔਰ ਤੁਸੀਂ ਕੁਝ ਸਾਹਿਤਕ ਸੇਵਾਵਾਂ ਵਿੱਚ ਜਿਨ੍ਹਾਂ ਦੇ ਵਿੱਚ ਨਾਭੇ ਵਾਲੀ ਵੀ ਸ਼ਾਮਲ ਹੈ ਮੇਰੇ ਖਿਆਲ, ਉੱਥੇ ਤੁਸੀਂ ਆਪਣੀ ਹਾਜ਼ਰੀ ਲਵਾ ਆਏ ਹੋ। ਸੋ ਬਹੁਤ ਜਲਦੀ ਜਲਦੀ ਤੁਹਾਡਾ ਸਾਹਿਤਕ ਸਫ਼ਰ ਜਿਹੜਾ ਹੈਗਾ ਨਾਲ ਨਾਲ ਉਹ ਚੱਲ ਰਿਹਾ, ਉਹਦੇ ਪ੍ਰਤੀ ਲੋਕ ਤੁਹਾਨੂੰ ਪਰਸਨਲੀ ਕੀ ਕਹਿੰਦੇ ਨੇ ਉਹ ਵੀ ਇੱਕ ਵੱਖਰੀ ਗੱਲ ਹੈ, ਔਰ ਉਹਦੇ ਉੱਪਰ ਜੋ ਕੁਝ ਲਿਖਦੇ ਪਏ ਨੇ ਉਹ ਵੀ ਬਹੁਤ ਸ਼ਾਨਦਾਰ ਹੈ। ਅਗਲੀ ਰਚਨਾ ਤੁਹਾਡੇ ਕੋਲੋਂ ਸੁਣਾਂਗੇ, ਪਰ ਉਹਦੇ ਸੁਣਨ ਤੋਂ ਪਹਿਲਾਂ ਅਵਨੀਤ ਕੌਰ ਲਿਖਦੇ ਨੇ, ਸਤਵਿੰਦਰ ਧਨੋਆ ਵੀਰ ਜੀ ਦੀ ਕਿਤਾਬ ਭੱਠੀ ਦੇ ਦਾਣੇ ਪੜ੍ਹ ਕੇ ਰੋਣ ਨਿਕਲ ਗਿਆ। ਵਾਹ, ਇਹ ਕਿਤਾਬ ਮੈਨੂੰ ਆਪਣੇ ਜਿਹੀ ਲੱਗੀ। ਬਹੁਤ ਵੱਡੀ ਗੱਲ ਹੈ ਆਪਣੇ ਆਪ ਵਿੱਚ ਕਿਸੇ ਚੀਜ਼ ਨੂੰ ਆਪਣੇ ਆਪ ਵਰਗੀ ਲੱਗਣਾ ਹੀ ਬਸ ਉਹਦੀ ਸਿਖਰ ਹੈ। ਸ਼ਿਵ ਕੁਮਾਰ ਬਟਾਲਵੀ ਵਰਗਾ ਲਿਖਦੇ ਨੇ ਵੀਰ ਜੀ, ਜਿਉਂਦੇ ਰਹੋ ਵੀਰ ਜੀ, ਮੇਰੇ ਪੇਕਿਆਂ ਦੇ ਸ਼ਹਿਰ ਮੁਕਤਸਰ ਦਾ ਮਾਣ ਹੋ। ਹਾਂ, ਪੇਕਿਆਂ ਵਾਲੀ ਗੱਲ ਵੀ ਜਿਹੜੀ ਹੈ ਵਾਕਿਆ ਸਾਡੇ ਸੱਭਿਆਚਾਰ ਵਿੱਚ ਜਦੋਂ ਪੇਕਿਆਂ ਦੀ ਯਾਦ ਆਉਂਦੀ ਹੈ ਬੀਬੀਆਂ ਨੂੰ,
ਤੇ ਫਿਰ ਓਹਦੇ ਨਾਲ ਕੋਈ ਸਤਿਕਾਰ ਜੁੜਿਆ ਹੋਇਆ ਹੁੰਦਾ ਓਹਦੇ ਚ ਫਿਰ ਕੋਈ ਕਸਰ ਨਹੀਂ ਰਹਿ ਜਾਂਦੀ ਸੋ ਉਹਨਾਂ ਦਾ ਇਹ ਕਹਿਣਾ ਜਿਹੜਾ ਬਹੁਤ ਚੰਗਾ ਲੱਗਿਆ ਉਹ ਬਹੁਤ ਬਹੁਤ ਸ਼ਾਨਦਾਰ ਜੀ ਫਿਰ ਕੀ ਸੁਣਾ ਰਹੇ ਹੋ ਹਾਂ ਬਿਲਕੁਲ ਸੁਣਾ ਰਿਹਾ ਜੀ ਮੈਂ ਇੱਕ ਟਿੱਪਣੀਆਂ ਤੇ ਬਸ ਇੱਕ 30 ਸੈਕਿੰਡ ਤੁਹਾਡਾ ਹੋਰ ਲਵਾਂਗਾ ਸਾਰਿਆਂ ਦੇ ਆਲਮੋਸਟ ਜਿੰਨੇ ਵੀ ਸਰੋਤਾ ਹੁੰਦੇ ਮੈਂ 30-35 ਗੱਲਾਂ ਹਰ ਰੋਜ਼ ਆਉਂਦੀਆਂ ਮੈਂ ਇਹਨਾਂ ਦੇ ਸੁਣਦਾ ਸਾਰੇ ਕਹਿੰਦੇ ਯਾਰ ਕਵਿਤਾ ਮੈਨੂੰ ਲੱਗਿਆ ਕਿ ਮੇਰੀ ਕਵਿਤਾ ਹੈ ਕੱਲ ਪਰਸੋਂ ਕਿਸੇ ਇੱਕ ਕਿਸੇ ਸੱਜਣ ਦਾ ਫੋਨ ਆਇਆ ਸੀ ਕਾਦੀਆਂ ਤੋਂ ਤੇ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਕਹਿੰਦੇ ਯਾਰ ਮੈਂ ਤੇਰੀ ਕਵਿਤਾ ਮੈਨੂੰ ਬਹੁਤ ਚੰਗੀ ਲੱਗੀ ਮੈਂ 5 ਕਿਤਾਬਾਂ ਦਾ ਹੋਰ ਟੈਸਟ ਮੰਗਾ ਰਿਹਾ 3 ਜਿਹੜੀਆਂ ਕਿਤਾਬਾਂ ਨੇ ਉਹ ਮੇਰੇ ਸਟਾਫ ਵਾਸਤੇ ਆ ਜਿਹੜੇ 3 ਟੀਚਰ ਮੇਰੇ ਅੰਡਰ ਕੰਮ ਕਰਦੇ ਹੈੱਡ ਟੀਚਰ ਨੇ ਭਾਈ ਸਾਹਿਬ ਤੇ ਜਿਹੜੇ 2 ਕਿਤਾਬਾਂ ਨੇ ਮੈਂ ਬਟਾਲੇ ਦੇ ਕੇ ਆਵਾਂਗਾ ਜਿੱਥੇ ਸ਼ਿਵ ਕੁਮਾਰ ਸਾਹਿਬ ਦਾ ਜਿਹੜਾ ਯਾਦਗਾਰੀ ਜਿਹੜਾ ਹੈਗੀ ਆ ਲਾਇਬ੍ਰੇਰੀ ਚੱਲਦੀ ਆ ਉੱਥੇ ਮੈਂ ਦੇ ਕੇ ਆਵਾਂਗਾ ਤੇ ਬਹੁਤ ਵਧੀਆ ਉਹਨਾਂ ਨੇ ਪਿਆਰ ਦਿੱਤਾ ਸਾਰੇ ਹੀ ਆਲਮੋਸਟ ਜਿਹੜੇ ਹੈਗੇ ਬਹੁਤ ਪਿਆਰ ਦਿੰਦੇ ਆ ਜੀ ਹਾਂਜੀ ਸਰ ਮੈਂ ਕੁਛ ਤਰਨਮ ਸੁਣਾ ਲਈਏ ਕਿ ਏਦਾਂ ਹੀ ਕੁਛ ਸੁਣਨਾ ਹਾਂ ਜ਼ਰੂਰ ਤਰਨਮ ਚ ਲੇਕਿਨ ਉਹ ਮੈਨੂੰ ਲੱਗਦੀ ਹੈ ਵਕਤ ਦੇ ਲਿਹਾਜ ਨਾਲ ਵੀ ਜੋ ਤਰਨਮ ਚ ਆਪਾਂ ਪੜ੍ਹਦੇ ਹੈਗੇ ਤੇ ਉਹ ਥੋੜਾ ਕੁਝ ਕਵਰ ਹੁੰਦਾ ਹੈਗਾ ਸੋ ਉਹ ਸੰਖੇਪ ਵਿਚ ਕਰਾਓ ਪਰ ਉਹਦਾ ਨਮੂਨਾ ਜਿਹੜਾ ਹੈਗਾ ਜ਼ਰੂਰ ਦਿਖਾਓ ਜੀ ਹਾਂਜੀ ਮੈਂ ਜਿਹੜੀ ਹੈਗੀ ਆ ਕਵਿਤਾ ਮੁਰਦਾ ਉਹ ਮੈਂ ਤੁਹਾਨੂੰ ਜ਼ਰੂਰ ਵੈਸੇ ਵੀ ਮੈਂ ਤੁਹਾਨੂੰ ਕਹਿਣ ਹੀ ਵਾਲਾ ਸਰ ਤੁਸੀਂ ਮੇਰੀ ਉਹੀ ਵੇਵ ਲੈਂਥ ਦੇ ਉੱਪਰ ਹੋ ਕਿਉਂਕਿ ਇਹ ਮੇਰਾ ਖਿਆਲ ਤੁਹਾਡੀ ਬਹੁਤ ਅੱਖ ਬਾਰ ਬਾਰ ਸੁਣਨ ਵਾਲੀ ਜਿਹੜੀ ਹੈਗੀ ਹੈ ਰਚਨਾ ਹੈ ਜੀ ਹਾਂਜੀ ਕਵਿਤਾ ਹੈ ਮੁਰਦਾ ਜੀ ਉਹ ਕਹਿੰਦੀ ਮੈਂ ਮੁਰਦੇ ਤੁਰਦੇ ਦੇਖੇ ਨਹੀਂ ਉਹ ਕਹਿੰਦੀ ਮੈਂ ਮੁਰਦੇ ਤੁਰਦੇ ਦੇਖੇ ਨਹੀਂ ਮੈਂ ਕਿਹਾ ਤੇਰੇ ਜਾਣ ਦੇ ਪਿੱਛੋਂ ਅੱਜ ਵੀ ਤੁਰਿਆ ਪੈਂਦਾ ਉਹ ਕਹਿੰਦੀ ਮੈਂ ਮੁਰਦੇ ਤੁਰਦੇ ਦੇਖੇ ਨਹੀਂ ਮੈਂ ਕਿਹਾ ਤੇਰੇ ਜਾਣ ਦੇ ਪਿੱਛੋਂ ਅੱਜ ਵੀ ਤੁਰਿਆ ਫਿਰਦਾ ਹਾਂ ਉਹ ਕਹਿੰਦੀ ਮੈਂ ਮੁਰਦੇ ਤੁਰਦੇ ਦੇਖੇ ਨਹੀਂ ਮੈਂ ਕਿਹਾ ਤੇਰੇ ਜਾਣ ਦੇ ਪਿੱਛੋਂ ਅੱਜ ਵੀ ਤੁਰਿਆ ਫਿਰਦਾ ਹਾਂ ਉਹ ਹੱਸ ਕੇ ਜੇ ਬੋਲੀ ਉਹ ਹੱਸ ਕੇ ਜੇ ਬੋਲੀ ਕੌਣ ਬਰਾਉਂਦਾ ਰੋਂਦੇ ਨੂੰ ਮੈਂ ਤਾਂ ਹਿਜ਼ਰ ਰਵਾਉਂਦਾ ਰੋ ਰੋ ਫਿਰਦਾ ਹਾਂ ਉਹ ਕਹਿੰਦੀ ਮੈਂ ਮੁਰਦੇ ਤੁਰਦੇ ਦੇਖੇ ਨਹੀਂ ਉਹ ਆਪਣੇ ਵਿੱਚ ਮੁਲਕ ਬਾਹਰ ਦੱਸਦੀ ਏ ਉਹ ਆਪਣੇ ਵਿੱਚ ਮੁਲਕ ਬਾਹਰ ਦੱਸਦੀ ਏ ਉਹ ਸਾਡੇ ਮੁਲਕ ਤਾਂ ਪੱਤ ਚੜ ਮੈਂ ਪੱਤ ਬਣ ਕਿਰਦਾ ਹਾਂ ਉਹ ਕਹਿੰਦੀ ਮੈਂ ਮੁਰਦੇ ਤੁਰਦੇ ਦੇਖੇ ਨਹੀਂ ਉਹ ਹੁਣ ਕੋਜਾ ਰੋਗ ਇਸ਼ਕ ਨੂੰ ਦੱਸਦੀ ਏ ਮੈਂ ਇਸ ਮਰਦ ਦਾ ਰੋਗੀ ਯਾਰ ਉਹ ਕਿਰਦਾ ਹਾਂ ਜਿਨ੍ਹਾਂ ਨੂੰ ਲੱਗੀ ਨੀ ਨਾ ਹੁੰਦੀ ਜੀ ਨੌਜਵਾਨ ਸਾਥੀ ਸੁਣ ਰਹੇ ਹੋਣਗੇ ਉਹ ਫਿਰ ਇਸ਼ਕ ਨੂੰ ਕੋਝਾ ਜਿਹਾ ਰੋਗ ਦੱਸਦੇ ਆ ਜਿਹਨੂੰ ਲੱਗੀ ਹੁੰਦੀ ਆ ਉਹ ਵਿਚਾਰੇ ਮਰਜ਼ ਦੇ ਰੋਗੀ ਹੁੰਦੇ ਆ ਠੀਕ ਉਹ ਹੁਣ ਕੋਝਾ ਰੋਗ ਇਸ਼ਕ ਨੂੰ ਦੱਸਦੀ ਏ ਓ ਮੈਂ ਇਸ ਮਰਜ਼ ਦਾ ਰੋਗੀ ਯਾਰ ਉਹ ਤਿਰਦਾ ਹਾਂ ਉਹ ਕਹਿੰਦੀ ਮੈਂ ਮੁਰਦੇ ਤੁਰਦੇ ਦੇਖੇ ਨਹੀਂ ਉਹ ਤਾਂ ਸੱਟਾਂ ਫੇਟਾਂ ਖਾ ਕੇ ਸੰਭਲ ਗਈ ਹਏ ਉਹ ਤਾਂ ਸੱਟਾਂ ਫੇਟਾਂ ਖਾ ਕੇ ਸੰਭਲ ਗਈ ਮੈਂ ਅੱਜ ਵੀ ਲੜ ਖੜਾਉਣਾ ਉੱਠਦਾ ਗਿਰਦਾ ਉਹ ਕਹਿੰਦੀ ਮੈਂ ਮੁਰਦੇ ਤੁਰਦੇ ਦੇਖੇ ਨਹੀਂ ਉਹ ਕਹਿੰਦੀ ਮੈਂ ਮੁਰਦੇ ਤੁਰਦੇ ਦੇਖੇ ਨਹੀਂ ਹੋ ਮੈਂ ਕਿਹਾ ਤੇਰੇ ਜਾਣ ਦੇ ਪਿੱਛੋਂ ਅੱਜ ਵੀ ਤੁਰਿਆ ਫਿਰਦਾ ਵਾਹ 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 ਬਹੁਤ ਅੱਛੇ
ਤੁਹਾਡੇ ਬਾਰੇ ਬੇਅੰਤ ਭੁੱਲਰ ਹੋਣਾ ਨੇ ਵੀ ਬਹੁਤ ਸੋਹਣਾ ਉਹ ਕਹਿੰਦੇ ਨੇ ਆਲ ਰਾਊਂਡਰ, ਗੱਲ ਹੀ ਉੱਥੇ ਸ਼ੁਰੂ ਕੀਤੀ ਹੈ। ਆਲ ਰਾਊਂਡਰ ਸ਼ਬਦ ਕ੍ਰਿਕਟ ਦੀ ਖੇਡ ਵਿਚ ਸਾਰੀਆਂ ਵਿਧਾਂ ਵਿਚ ਨਿਪੁੰਨ ਖਿਡਾਰੀ ਨੂੰ ਕਿਹਾ ਜਾਂਦਾ, ਪਰ ਮੈਂ ਅੱਜ ਇਕ ਹੋਰ ਤਰ੍ਹਾਂ ਦੇ ਆਲ ਰਾਊਂਡਰ ਦੀ ਗੱਲ ਕਰਦਾ। ਇਹ ਹੈ ਸਾਡਾ ਯਾਰ ਸਤਵਿੰਦਰ ਸਿੰਘ ਧਨੋਆ। ਅਸੀਂ ਖਾਲਸਾ ਕਾਲਜ ਆਫ ਐਜੂਕੇਸ਼ਨ ਮੁਕਤਸਰ ਵਿਚ ਦੋਸਤ ਬਣੇ, ਉਦੋਂ ਤੋਂ ਹੀ ਬਾਈ ਨੂੰ ਜਾਣਨ ਦਾ ਮੌਕਾ ਮਿਲਿਆ। ਬਾਡੀ ਬਿਲਡਰ, ਕ੍ਰਿਕਟਰ, ਪੱਤਰਕਾਰ, ਮਾਸਟਰ, ਨੇਤਾ, ਅਭਿਨੇਤਾ, ਕਬੱਡੀ ਦਾ ਪਲੇਅਰ, ਲੇਖਕ ਆਦਿ ਕਿੰਨੇ ਖੇਤਰਾਂ ਚ ਕੰਮ ਕਰ ਚੁੱਕਿਆ, ਪਰ ਇਸ ਦੌਰਾਨ ਉਸਦਾ ਕਵੀ ਮਨ ਉਵੇਂ ਹੀ ਮਸਤ ਮੌਲਾ ਰਿਹਾ ਤੇ ਜਵਾਨ ਰਿਹਾ। ਭਾਵੇਂ ਅੱਜ ਕੱਲ ਉਹ ਪੇਸ਼ੇ ਵੱਲੋਂ ਵਕੀਲ ਹੈ, ਪਰ ਜਮਾਂ ਹੀ ਨਿਰਛਲ ਤੇ ਨਿਰਮਲ ਬੰਦਾ, ਯਾਰਾਂ ਦਾ ਯਾਰ, ਇੱਕੋ ਰੱਬ ਦਾ ਆਸ਼ਕ, ਅਡੰਬਰ ਤੋਂ ਰਹਿਤ ਵਨਗੀ। ਉਹਨੇ ਵਨਗੀ ਤੁਹਾਡੀ ਰਚਨਾਵਾਂ ਦੇ ਵਿਚ ਦਿੱਤੀ ਹੈ। ਉਹਨੇ ਜਨਕੀ ਪੈਜ ਰਖਾਈ, ਲੱਜ ਪਾਜ ਪਾਲਕ ਲੱਜ ਪਾਲ ਰਿਹਾ, ਸ਼ੋ ਨੇ ਸਾਰਾ ਅੰਦਰ ਮੱਲਿਆ, ਥਾਂ ਨਹੀਂ ਕਿਸੇ ਅਡੰਬਰ ਦੀ। ਵਾਹ 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 ਵਾਹ। ਸ਼ੋ ਨੇ ਸਾਰਾ ਅੰਦਰ ਮੱਲਿਆ, ਥਾਂ ਨਹੀਂ ਕਿਸੇ ਅਡੰਬਰ ਦੀ। ਉਹ ਇਸ਼ਕ ਹਕੀਕੀ ਤੇ ਮਜਾਜੀ ਦੇ ਫਰਕ ਨੂੰ ਸਮਝਦਾ ਤੇ ਜਾਣਦਾ, ਇੱਕ ਸੰਭੇ ਤੇ ਮਜੀਠ ਦੇ ਰੰਗ ਦੇ ਹਕੀਕਤ ਨੂੰ ਵੀ ਪਛਾਣਦਾ। ਜੀ ਹਾਂਜੀ ਸਰ, ਹਾਂ ਬਸ ਇਸ ਤਰ੍ਹਾਂ ਹੀ ਆਪਣਾ ਚੱਲਦਾ ਜਾਏ। ਇਹਦੇ ਵਿਚ ਵੀ ਇੱਕ ਗੱਲ ਜਿਹੜੀ ਮੇਰਾ ਖਿਆਲ ਹੈ ਸਾਰਿਆਂ ਨੂੰ ਹੀ ਪੁੱਛਣੀ ਵੀ ਬਣਦੀ ਹੁੰਦੀ ਹੈ, ਤੁਸੀਂ ਕਲਾਕਾਰ ਹੋ ਇਸ ਕਿਸਮ ਦੇ, ਇਸ ਕਿਸਮ ਦੀ ਪ੍ਰੇਰਣਾ, ਇਸ ਕਿਸਮ ਦੀ ਇਸ ਪਾਸੇ ਦੀ ਝਾਤ ਪਾਉਣ ਵਾਲਾ ਜਾਂ ਉਹਦੇ ਪਿੱਛੇ ਜਿਹੜਾ ਹੈਗਾ ਉਂਗਲ ਫੜਨ ਵਾਲਾ ਜਾਂ ਮੋਢੇ ਦੇ ਉੱਪਰ ਥਾਪੀ ਦੇਣ ਵਾਲਾ ਕੋਈ ਉਸ ਕਿਸਮ ਦੀ ਸ਼ਖਸੀਅਤ ਜਾਂ ਕੋਈ ਉਸ ਕਿਸਮ ਦੀ ਘਟਨਾ ਜਾਂ ਕੋਈ ਹੋਰ ਚੀਜ਼ ਕਹਿਣਾ ਚਾਹੋ ਤਾਂ ਮਨ ਚ ਹਾਜ਼ਰ ਹੈ। ਜੀ ਜਿੱਥੋਂ ਤੱਕ ਕਵਿਤਾ ਦਾ ਸਵਾਲ ਹੈ ਜਾਂ ਕੋਈ ਕਲਾ ਦਾ ਸਵਾਲ ਹੈ, ਉਹ ਬੰਦੇ ਦੇ ਆਈ ਥਿੰਕ ਨਾਲ ਹੀ ਜਾਂਦੀ ਹੈ ਤੇ ਉਸੇ ਨਾਲ ਹੀ ਜਿਵੇਂ ਜੇ ਉਹ ਵੱਡਾ ਹੁੰਦਾ ਉਸੇ ਨਾਲ ਹੀ ਉਹ ਕਲਾ ਉਹਦੇ ਨਾਲ ਜਵਾਨ ਹੁੰਦੀ ਹੈ। ਤੇ ਇਸੇ ਤਰ੍ਹਾਂ ਮੇਰਾ ਵੀ ਹੈਗਾ, ਮੈਂ ਬਚਪਨ ਤੋਂ ਹੀ ਜਿਹੜਾ ਹੈਗਾ ਗੀਤਕਾਰੀ ਕਰਦਾ ਸੀ, ਗੀਤ ਲਿਖਦਾ ਸੀ। ਸਕੂਲ ਦੇ ਵਿੱਚ ਪੜ੍ਹਦਿਆਂ ਵੀ ਮੈਂ ਆਪਦੇ ਲਿਖੇ ਗੀਤ ਹੀ ਗਾਉਂਦਾ ਹੁੰਦਾ ਸੀ, ਮੈਂ ਰਿਕਾਰਡ ਸੌਂਗ ਰਿਕਾਰਡਿਡ ਨਹੀਂ ਸੀ ਗਾਉਂਦਾ। ਤੇ ਐ ਕਰਦੇ ਕਰਾਉਂਦੇ ਜਦੋਂ ਮੈਂ ਮਤਲਬ ਕਾਲਜ ਜਾਂ ਯੂਨੀਵਰਸਿਟੀ ਪੜ੍ਹਦਾ ਸੀਗਾ, ਉਹਨਾਂ ਦਿਨਾਂ 'ਚ ਮੇਰੇ ਦੋ ਕੁ ਗੀਤ ਵੀ ਰਿਕਾਰਡ ਹੋਏ, ਜਿਹਨਾਂ ਨੂੰ ਰਾਜਾ ਐਂਟਰਟੇਨਰ ਕੰਪਨੀ ਸੀ ਉਦੋਂ ਦੀ, ਭਾਜੀ ਮਨਿੰਦਰ ਹੋਣਾ ਵੀ ਉਹਦੇ 'ਚ ਮੇਰੇ, ਗੈਰੀ ਸੰਧੂ ਨੇ ਗਾਏ ਤੇ ਭਿੰਦੇ ਨੇ ਵੀ ਗਾਏ। ਤੇ ਉਸ ਤੋਂ ਬਾਅਦ ਜਿਹੜਾ ਸੀਗਾ ਐਂ ਚੱਲ ਕੋ ਚੱਲ, ਬਸ ਇੱਕ ਫਿਰ ਘਟਨਾ, ਮੈਂ ਪਹਿਲੀ ਵਾਰੀ ਜਦੋਂ ਲੂਣਾ ਕਿਤਾਬ ਪੜ੍ਹੀ ਸ਼ਿਵ ਕੁਮਾਰ ਦੀ ਯੂਨੀਵਰਸਿਟੀ ਪੜ੍ਹਦਿਆਂ, ਬਸ ਉਦੋਂ ਬਾਅਦ ਮੇਰਾ ਜਿਹੜਾ ਧਿਆਨ ਸੀ ਉਹ ਕਵਿਤਾ ਵੱਲ ਲੱਗ ਗਿਆ। ਇਹ ਕਹਿ ਸਕਦੇ ਹਾਂ ਕਿ ਮੇਰੀ, ਮੈਨੂੰ ਜਿਹੜੀ ਕਵਿਤਾ ਦੀ ਗੁੜਤੀ ਹੈ ਉਹ ਸ਼ਿਵ ਸਾਹਿਬ ਤੋਂ ਮਿਲੀ, ਲੂਣਾ ਤੋਂ ਮਿਲੀ। ਲੂਣਾ ਜਿਹੜੀ ਕਿਤਾਬ ਸੀ ਉਹ ਮੇਰੀ ਗੁੜਤੀ ਹੈ ਮੈਂ ਕਹਿ ਸਕਦਾ। ਤੇ ਉਦੋਂ ਬਾਅਦ ਫਿਰ ਮੈਂ ਕਵਿਤਾ ਨਾਲ ਜੁੜ ਗਿਆ। ਜਿਹੜੀ ਇਹ ਕਵਿਤਾ ਹੈਗੀ ਹੈ ਜਿੰਦ ਭੱਠੀ ਦੇ ਦਾਣੇ, ਇਹ ਮੈਂ ਮੈਰਿਜ ਤੋਂ ਬਾਅਦ ਮੇਰੀ 2003 ਚ ਮੈਰਿਜ ਹੋਈ, 4 ਦੇ ਵਿੱਚ ਇਹ ਕਵਿਤਾ ਮੈਂ ਲਿਖੀ ਸੀ ਜਿੰਦ ਭੱਠੀ ਦੇ ਦਾਣੇ। ਤੇ 5 ਦੇ ਵਿੱਚ ਮੈਂ ਇਹ ਕਿਤਾਬ ਨੂੰ ਕਰਾਉਣ ਲੱਗਿਆ ਸੀਗਾ, ਮੇਰੀ ਵਾਈਫ ਨੇ ਮੈਨੂੰ ਹੱਲਾ ਸ਼ੇਰੀ ਦਿੱਤੀ ਤੁਸੀਂ ਇਹ ਕਿਤਾਬ ਕਰਾਓ, ਪਰ ਪਤਾ ਨੀ ਵਿੱਚ ਦੀ ਕੁਛ ਜਿਹੜਾ ਸਮਾਂ ਹੁੰਦਾ ਕਹਿੰਦੇ ਹੁੰਦੇ ਆ ਉਹ ਚੱਲਦਾ ਰਹਿੰਦਾ। ਫਿਰ 2021 ਚ ਆ ਕੇ ਸਵਾਬ ਬਣਿਆ, ਕਿਉਂਕਿ ਮੈਂ ਜਿੰਦ ਭੱਠੀ ਦੇ ਦਾਣੇ ਜਿਹੜੀ ਕਿਤਾਬ ਸੀਗੀ ਇਹਨੂੰ ਮੈਂ ਅਨਾਊਂਸ ਕਰ ਚੁੱਕਿਆ ਸੀ 2005 ਚ। ਤੇ ਉਹ ਵਾਈਫ ਹੋਰਾਂ ਦਾ ਹਮੇਸ਼ਾ ਇਹ ਸੀਗਾ ਕੋਈ ਹੋਰ ਨਾ ਰੱਖ ਲੈ, ਨਾ ਕੋਈ ਹੋਰ ਨਾ ਰੱਖ ਲੈ, ਮੈਂ ਕਿਹਾ ਕੋਈ ਗੱਲ ਨੀ ਬੇਫਿਕਰ ਹੋ ਜਾ। ਅੱਜ 21 ਸਾਲ ਹੋ ਗਏ ਕਵਿਤਾ ਲਿਖਦਿਆਂ ਨੂੰ, ਮੈਂ ਸੋਚਦਾ ਹੁੰਦਾ ਵੀ 2005 ਦੇ ਵਿੱਚ ਮੈਂ ਜੇ ਇਹ ਜਿੰਦ ਭੱਠੀ ਦਾਣੇ ਦੇ ਦਿੰਦਾ ਤਾਂ ਉਦੋਂ 5 ਸਾਲ ਦੀ ਬੱਚੀ ਸੀ ਜਿੰਦ ਭੱਠੀ ਦੇ ਦਾਣੇ, ਅੱਜ 21 ਸਾਲ ਦੀ ਮੁਟਿਆਰ ਹੈ। ਜੇ ਅੱਜ ਜਿੰਦ ਭੱਠੀ ਦੇ ਦਾਣੇ ਪਿੜਾਂ 'ਚ ਨੱਚ ਰਹੀ ਹੈ ਤਾਂ ਉਹ 21 ਸਾਲ ਦੀ ਮੁਟਿਆਰ ਹੈ, ਤਾਂ ਉਹਦਾ ਜਿਹੜਾ ਹੈਗਾ ਉਹ ਜਿਹੜੀ ਸਰੋਤਿਆਂ ਨੇ ਕਬੂਲੀ ਹੈ। ਸੋ ਕਿਸੇ ਚੀਜ਼ ਨੂੰ ਪਰਪੱਕ ਹੋਣ ਵਾਸਤੇ ਮੈਂ ਇਸ ਗੱਲ 'ਚ ਮਾਨ ਸਾਹਿਬ ਯਕੀਨ ਕਰਦਾ ਕਿ ਕੁਆਂਟਿਟੀ ਮੈਟਰ ਨੀ ਕਰਦੀ, ਕੁਆਲਿਟੀ ਮੈਟਰ ਕਰਦੀ ਹੈ। ਮੈਂ ਹਮੇਸ਼ਾ ਇਸ ਗੱਲ ਦੇਖ ਰਿਹਾ ਕਿ ਜ਼ਿਆਦਾ ਲਿਖਣ ਦੀ ਬਜਾਏ ਉਹਨਾਂ ਕੁ ਲਿਖਿਆ ਜਾਵੇ ਜਿੰਨਾ ਕੁ ਵਧੀਆ ਹੋਵੇ। ਇਹ ਠੀਕ ਹੈ,
ਬਾਕੀ ਜੋ ਜਿਨ੍ਹਾਂ ਪਾਠਕਾਂ ਨੇ ਪਿਆਰ ਦਿੱਤਾ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਆ ਮੇਰਾ ਉਹਨਾਂ ਦੇ ਚਰਨਾਂ ਚ ਨਮਨ ਹੈ ਮੇਰਾ ਸਿੱਧਾ ਉਹਨਾਂ ਨੂੰ ਜੀ ਸਰ ਬਹੁਤ ਅੱਛਾ ਔਰ ਦੇਖੋ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਗੁਣਾਤਮਕ ਸਾਹਿਤ ਹੈ ਬਜਾਏ ਇਸ ਦੇ ਕਿ ਗਿਰਨਾਤਮਕ ਔਰ ਅੱਜ ਕੱਲ ਜੇ ਵੇਖਿਆ ਜਾਵੇ ਨਾ ਜਨਰਲ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ਅੱਜ ਕੱਲ ਐ ਫਲੱਡ ਗੇਟ ਹੀ ਖੁੱਲੇ ਪਏ ਹੈਗੇ ਨੇ ਗਿਰਨਾਤਮਕ ਦੇ ਇੱਕ ਇੱਕ ਬੰਦੇ ਕੋਲੋਂ ਇੱਕ ਇੱਕ ਲਿਖਾਰੀ ਕੋਲੋਂ ਕਿੰਨੀਆਂ ਕਿੰਨੀਆਂ ਰਚਨਾਵਾਂ ਕਿੰਨੀਆਂ ਕਿੰਨੀਆਂ ਕਿਤਾਬਾਂ ਮੇਰਾ ਖਿਆਲ ਹੈ ਮਾਰਕੀਟ ਜਿਹੜੀ ਹੈਗੀ ਹੈ ਉਹ ਪੂਰੀ ਸੈਚੂਰੇਟਿਡ ਹੈ ਪਰ ਉਹ ਉਹਨਾਂ ਦੇ ਵਿੱਚੋਂ ਕਿੰਨੇ ਕੁ ਲੋਕਾਂ ਨੂੰ ਪੜ੍ਹਿਆ ਜਾ ਰਿਹਾ ਕਿੰਨੇ ਕੁ ਲੋਕਾਂ ਨੂੰ ਉਸ ਕਿਸਮ ਦੀ ਵਾਹਵਾ ਮਿਲਦੀ ਹੈ ਜੇ ਇਹ ਵੇਖਿਆ ਜਾਵੇ ਤਾਂ ਪਤਾ ਨਹੀਂ ਮੈਨੂੰ ਆਪਣੀ ਪਰਸਨਲ ਦ੍ਰਿਸ਼ਟੀ ਤੋਂ ਵੀ ਉਹ ਲੱਗਦਾ ਹੈਗਾ ਵੀ ਕਿੰਨਾ ਕੁਛ ਹੈਗਾ ਪਰ ਉਹ ਕੋਈ ਕਿਸੇ ਸੋਚ ਵਾਲਾ ਕਿਸੇ ਸਵਾਦ ਵਾਲਾ ਕਿਸੇ ਗਹਿਰਾਈ ਵਾਲਾ ਨਹੀਂ ਬਸ ਉਹ ਤੜਾ ਤੜ ਜਿਹੜਾ ਹੈਗਾ ਸਿੱਟਿਆ ਜਾ ਰਿਹਾ ਔਰ ਅੱਜ ਕੱਲ੍ਹ ਲੋਕਾਂ ਨੂੰ ਇਉਂ ਲੱਗੀ ਹੋਈ ਹੈ ਵੀ ਉਹ ਹੋਰ ਤਾਂ ਕੁਛ ਨਾ ਹੋਵੇ ਮੇਰਾ ਦੁਨੀਆਂ ਦੇ ਵਿੱਚ ਨਾਮ ਰਹਿ ਜੂਗਾ ਜੇ ਆਹ ਚੀਜ਼ਾਂ ਰਹਿ ਜਾਣਗੀਆਂ ਦਰੁਸਤ ਹੈ ਕਿਸੇ ਹੱਥ ਇੱਕ ਪਰ ਮੈਨੂੰ ਲੱਗਦਾ ਉਹਦੇ ਨਾਲ ਜਿਹੜੀ ਕੁਆਲਿਟੀ ਹੈ ਉਹ ਵੀ ਓਨੀ ਇੰਪੋਰਟੈਂਟ ਹੈ ਜੇ ਉਹ ਭਾਵਨਾ ਜੁੜੀ ਹੋਈ ਹੋਵੇ ਲਓ ਜੀ ਇੱਕ ਪ੍ਰਤੀਕਰਮ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਸਾਡੇ ਬਹੁਤ ਹੀ ਆਦਰਯੋਗ ਸਨਮਾਨਯੋਗ ਪ੍ਰੋਫੈਸਰ ਨਿਤਨੇਮ ਸਿੰਘ ਜੀ ਲਿਖ ਰਹੇ ਨੇ ਮਾਨ ਸਾਹਿਬ ਜੀ ਸਤਿ ਸ੍ਰੀ ਅਕਾਲ ਸਾਨੂੰ ਮਾਣ ਹੈ ਸਤਵਿੰਦਰ ਧਨੋਆ ਸਾਡੇ ਮੁਕਤਸਰ ਇਲਾਕੇ ਦੇ ਨਵੇਂ ਉੱਗਦੇ ਪੰਜਾਬੀ ਸਾਹਿਤ ਦੇ ਸੂਰਜ ਨੇ ਇਹਨਾਂ ਦੀ ਸ਼ਾਇਰੀ ਬਹੁਤ ਵਿਲੱਖਣ ਅਤੇ ਦਿਲ ਨੂੰ ਟੁੰਬਣ ਵਾਲੀ ਹੈ ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਸਾਹਿਤ ਦੇ ਪਿੜ ਵਿੱਚ ਕੋਹੇ ਨੂਰ ਵਾਂਗ ਚਮਕਣਗੇ ਪਰਮਾਤਮਾ ਇਹਨਾਂ ਦੀ ਲੰਮੀ ਉਮਰ ਔਰ ਹਯਾਤੀ ਇਹਨਾਂ ਨੂੰ ਬਖਸ਼ੇ ਬਹੁਤ ਮਿਹਰਬਾਨੀ ਬਹੁਤ ਹੀ ਸ਼ਾਨਦਾਰ ਸ਼ਬਦਾਂ ਦੀ ਚੋਣ ਪ੍ਰੋਫੈਸਰ ਨਿਤਨੇਮ ਸਿੰਘ ਜੀ ਮੈਂ ਆਭਾਰੀ ਹਾਂ ਆਪਣੇ ਵੱਲੋਂ ਵੀ ਔਰ ਆਪਣੇ ਦੋਸਤ ਜੋ ਮੇਰੇ ਮੇ ਮਹਿਮਾਨ ਨੇ ਸਤਵਿੰਦਰ ਧਨੋਆ ਜੀ ਵੱਲੋਂ ਵੀ ਧੰਨਵਾਦ ਤੁਸੀਂ ਬਹੁਤ ਸ਼ਾਨਦਾਰ ਲਿਖਿਆ ਜੀ ਹਾਂਜੀ ਸਰ ਪ੍ਰੋਫੈਸਰ ਪਹਿਲਾਂ ਤਾਂ ਪ੍ਰੋਫੈਸਰ ਨਿਤਨੇਮ ਸਿੰਘ ਬਹੁਤ ਵੱਡੀ ਪਰਸਨੈਲਿਟੀ ਨੇ ਤੇ ਸਾਡੇ ਆਦਰਯੋਗ ਗੁਰੂ ਜੀ ਨੇ ਉਹਨਾਂ ਦਾ ਬਹੁਤ ਸਤਿਕਾਰ ਆ ਸ਼ਹਿਰ ਚ ਜੇ ਉਹ ਇਹ ਟਿੱਪਣੀ ਲਿਖਦੇ ਨੇ ਤਾਂ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਹਾਂਜੀ ਮੈਂ ਪੈਰੀ ਪਹਿਲਾਂ ਗੁਰੂ ਜੀ ਨਿਤਨੇਮ ਸਿੰਘ ਬਰਾੜ ਸਾਹਿਬ ਪ੍ਰੋਫੈਸਰ ਸਾਹਿਬ ਹਾਂਜੀ ਤੇ ਉਦੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਕਿ ਕਿਹੜੇ ਕਿਹੜੇ ਵਿਧਾਵਾਂ ਤੇ ਲਿਖਿਆ ਜਾ ਰਿਹਾ ਉਹ ਬੜਾ ਵਧੀਆ ਕੁਸਚਨ ਸੀ ਬੜਾ ਰੈਲੀਵੈਂਟ ਕੁਸਚਨ ਸੀਗਾ ਉਸ ਤੇ ਮੈਂ ਛੋਟੀ ਜਿਹੀ ਇੱਕ ਆਪਣੀ ਜਿਹੜਾ ਪ੍ਰਤੀਕਰਮ ਦੇਣਾ ਚਾਹੁੰਦਾ ਜੀ ਤੇ ਅੱਜ ਜੋ ਲਿਖਿਆ ਜਾ ਰਿਹਾ ਪੰਜਾਬ ਦੇ ਵਿੱਚ ਉਹ ਬੜਾ ਬੜੀ ਵਰਾਇਟੀ ਲਿਖੀ ਜਾ ਰਹੀ ਹੈ ਤੇ ਮਤਲਬ ਪਰ ਇੱਕ ਗੱਲ ਹੈਗੀ ਹੈ ਕਿ ਅੱਜ ਕਿੰਨੀਆਂ ਹੀ ਵਿਧਾਵਾਂ ਤੇ ਕੰਮ ਹੋ ਰਿਹਾ ਨਵੇਂ ਨਵੇਂ ਜਿਹੜੀਆਂ ਬਾਹਰਲੀਆਂ ਵਿਧਾਵਾਂ ਨੇ ਫੋਰਨ ਤੋਂ ਜਿਹੜੀਆਂ ਇੰਪੋਰਟਡ ਵਿਧਾਵਾਂ ਨੇ ਉਹਨਾਂ ਤੇ ਵੀ ਲਿਖਿਆ ਜਾ ਰਿਹਾ ਲਾਈਕ ਹਾਈਕੂ ਤੇ ਵੀ ਲਿਖਿਆ ਜਾ ਰਿਹਾ ਤੇ ਸਭ ਤੋਂ ਵੱਧ ਜੋ ਲਿਖਿਆ ਜਾ ਰਿਹਾ ਉਹ ਗਜ਼ਲ ਲਿਖੀ ਜਾ ਰਹੀ ਹੈ ਅੱਜ ਬਿਲਕੁਲ ਪਰ ਬਹੁਤ ਸਾਰਾ ਸਾਹਿਤ ਅਜਿਹਾ ਹੈ ਜਿਹੜਾ ਮਨੁੱਖ ਤੇ ਮਨੁੱਖੀ ਰਿਸ਼ਤਿਆਂ ਦੇ ਤੇ ਨੇਚਰ ਦੇ ਨੇੜੇ ਨੀ ਉਹ ਬੇਸ਼ੱਕ ਬਹੁਤ ਜ਼ਿਆਦਾ ਜਿਹੜਾ ਡੀਪ ਹੈ ਬਹੁਤ ਜ਼ਿਆਦਾ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਮਹੀਨ ਹੈ ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਮਾਨ ਸਾਹਿਬ ਕਹੂੰਗਾ ਕਿ ਸਾਹਿਤ ਉਹੀ ਹੁੰਦਾ ਜਿਹੜਾ ਜਿਹੜਾ ਤੁਹਾਡੇ ਦਿਲਾਂ ਚ ਵੱਸ ਜੇ ਅੱਜ ਆਪਾਂ ਸ਼ਿਵ ਕੁਮਾਰ ਸਾਹਿਬ ਹੋਰਾਂ ਦੀ ਕਵਿਤਾ ਦੀ ਗੱਲ ਕਰਦੇ ਹਾਂ ਉਹਨੂੰ ਹਾਲੀ ਨੇ ਵੀ ਗਾਇਆ ਉਹਨੂੰ ਪਾਲੀ ਨੇ ਵੀ ਗਾਇਆ ਹਾਲੀ ਨੇ ਵੱਟਾਂ ਤੇ ਚੜ ਕੇ ਕੰਨ ਤੇ ਹੇਕ ਲਾ ਕੇ ਗਾਇਆ ਪਾਲੀ ਨੇ ਮੱਝਾਂ ਗਾਵਾਂ ਚਾਰਦਿਆਂ ਵੇਲਿਆਂ ਦੇ ਵਿੱਚ ਕੂਕਰ ਪਾਏ ਤੇ ਪਰ ਜੋ ਹੋਰ ਕੁਛ ਲਿਖਿਆ ਜਾ ਰਿਹਾ ਉਹ ਮੇਰੇ ਹਿਸਾਬ ਨਾਲ ਬਹੁਤ ਜਿਹੜੇ ਬੜੇ ਤਕੜੇ ਤਕੜੇ ਜਿਹੜੇ ਕਵੀ ਨੇ ਜਾਂ ਗਜ਼ਲ ਉਹ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਆਮ ਆਦਮੀ ਤੱਕ ਨਹੀਂ ਪਹੁੰਚ ਸਕਿਆ ਉਹਨਾਂ ਨੂੰ ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀ ਲੋਕ ਨੇ ਉਹ ਤਾਂ ਪੜ੍ਹ ਰਹੇ ਆ ਪਰ ਕਵਿਤਾ ਮੇਰੇ ਹਿਸਾਬ ਨਾਲ ਉਹੀ ਹੁੰਦੀ ਹੈ ਜਿਹੜੀ ਹਰੇਕ ਜਨ ਮਾਨਸ ਦੀ ਹੋਵੇ ਜਿਹਨੂੰ ਥੱਲੇ ਤੋਂ ਥੱਲੇ ਵਾਲਾ ਜਿਹਨੂੰ ਆਪਾਂ ਲੇਮੈਨ ਕਹਿੰਦੇ ਹਾਂ ਤੁਹਾਡੀ ਅੰਗਰੇਜ਼ੀ ਦੇ ਵਿੱਚ ਜਾਂ ਜਿਹੜਾ ਆਖਰੀ ਬੰਦਾ ਹੁੰਦਾ ਹਾਸ਼ੀਏ ਤੋਂ ਪਾਸੇ ਵਾਲਾ ਉਹ ਵੀ ਉਹਨੂੰ ਗਾ ਸਕੇ ਜਾਂ ਉਹਨੂੰ ਇਹ ਲੱਗੇ ਕਿ ਇਹ ਕਵਿਤਾ ਮੇਰੀ ਹੈ ਠੀਕ ਮੇਰੇ ਹਿਸਾਬ ਨਾਲ ਕਵਿਤਾ ਦੀ ਪ੍ਰਵਾਨਗੀ ਉਦੋਂ ਹੀ ਠੀਕ ਹੈ
ਨਹੀਂ ਵੈਸੇ ਵੀ ਜਿਹੜਾ ਲੋਕ ਕਾਵਿ ਔਰ ਲੋਕਾਂ ਦੀ ਪੱਧਰ ਦੇ ਉੱਪਰ ਜਿਹੜਾ ਰਚੇ ਜਾਣਾ ਤੇ ਪ੍ਰਵਾਨ ਚੜ੍ਹਨਾ ਹੈ ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਉਹਦੇ ਵਿੱਚ ਵੀ ਜਿਹੜੇ ਲੋਕਾਂ ਦੀਆਂ ਉਸ ਕਿਸਮ ਦੀਆਂ ਪਰਪੱਕ ਕਿਸਮ ਦੀਆਂ ਰਚਨਾਵਾਂ ਨੇ ਉਹੀ ਉਸ ਲੈਵਲ ਦੇ ਉੱਪਰ ਪ੍ਰਵਾਨ ਹੁੰਦੀਆਂ ਨੇ ਔਰ ਉਹਨਾਂ ਦੀ ਆਪਣੀ ਖੂਬਸੂਰਤੀ ਹੁੰਦੀ ਹੈ ਔਰ ਉਹ ਫਿਰ ਕਈ ਵਾਰੀ ਦੇਖੋ ਇਹ ਜਿਹੜੇ ਇਸ ਕਿਸਮ ਦੇ ਲਿਖਣ ਵਾਲੇ ਨੇ ਵਾਰਸ ਨੂੰ ਹੁਣ ਕਿੰਨਾ ਸਮਾਂ ਹੋ ਗਿਆ ਲੇਕਿਨ ਉਹਦੀ ਕਵਿਤਾ ਦੇ ਵਿੱਚੋਂ ਬਣੇ ਹੋਏ ਮੁਹਾਵਰੇ ਕਥਾਵਾਂ ਕਿੰਨਾ ਕੁਝ ਜਿਹੜਾ ਹੈਗਾ ਅਸੀਂ ਕੋਟ ਕਰਦੇ ਰਹਿੰਦੇ ਹੈਗੇ ਹਾਂ ਔਰ ਉਹ ਲੋਕਾਂ ਦੀ ਜ਼ੁਬਾਨ ਦੇ ਉੱਪਰ ਚੜ੍ਹੇ ਹੋਏ ਨੇ ਲੇਕਿਨ ਉਹ ਇਸੇ ਕਰਕੇ ਹੀ ਨੇ ਕਿਉਂਕਿ ਉਹ ਲੋਕ ਕਾਵਿ ਜਿਹੜੀ ਹੈਗੀ ਹੈ ਜੇ ਤੁਸੀਂ ਉਸ ਪੱਧਰ ਤੇ ਤੁਸੀਂ ਪਹੁੰਚਦੇ ਹੋ ਫਿਰ ਜੋ ਜਿਹੜਾ ਤੁਹਾਡਾ ਘੇਰਾ ਉਹ ਠੀਕ ਆ ਤੁਹਾਡਾ ਦਰੁਸਤ ਹੈ। ਦੂਸਰੀ ਗੱਲ ਵੀ ਵੀ ਅੱਜ ਕੱਲ ਕੁਝ ਕਵਿਤਾ ਤਾਂ ਵੈਸੇ ਹੀ ਬੌਧਿਕ ਹੈ ਔਰ ਸਿਰਫ ਬੁੱਧੀਜੀਵੀਆਂ ਵਾਸਤੇ ਹੈ ਉਹਦਾ ਮਾਸਸ ਨਾਲ ਆਵਾਮ ਨਾਲ ਉਹਦਾ ਬਹੁਤ ਘੱਟ ਰਿਸ਼ਤਾ ਹੈ। ਇਹ ਸਹੀ ਹੈ ਜੀ ਕੀ ਸੁਣਾ ਰਹੇ ਹੋ? ਹਾਂ ਮੈਂ ਤੁਹਾਨੂੰ ਕਵਿਤਾ ਸੁਣਾ ਰਿਹਾ ਜਿਹਦੇ ਨਾਲ ਇਹਦਾ ਆਗਾਜ਼ ਹੁੰਦਾ ਕਿਤਾਬ ਦਾ ਨਿਮਾਣਾ ਬੁੱਲਾ। ਜੀ ਜੀ ਇਰਸ਼ਾਦ ਜੀ। ਹਾਂਜੀ ਮੈਂ ਹਾਂ ਇੱਕ ਨਿਮਾਣਾ ਬੁੱਲਾ ਚੱਖੜ ਬਣ ਕੇ ਝੁਲ ਨਹੀਂ ਸਕਦਾ ਦਿਲ ਵਿੱਚ ਪੀੜਾਂ ਚੀਸਾਂ ਕਸਤਾਂ ਫੇਰ ਵੀ ਖੋਲ ਮੈਂ ਬੁੱਲ ਨਹੀਂ ਸਕਦਾ ਇਸ਼ਰਾਂ ਤੋਂ ਮੁੱਖ ਮੋੜ ਨਹੀਂ ਸਕਦਾ ਲੂਣਾ ਤਾਂ ਹੀ ਭੁੱਲ ਨਹੀਂ ਸਕਦਾ ਇਸ਼ਰਾਂ ਦੇ ਅਹਿਸਾਨ ਬੜੇ ਨੇ ਮੋੜ ਵੀ ਉਹਦਾ ਮੁੱਲ ਨਹੀਂ ਸਕਦਾ ਮੈਨੂੰ ਮਾਰਨ ਜੱਗ ਦੀਆਂ ਲੱਜਾਂ ਦੇਵਦਾਸ ਬਣ ਰੁੱਲ ਨਹੀਂ ਸਕਦਾ ਪਾਰੋ ਤੋਂ ਜਾ ਪਾਰ ਨਹੀਂ ਸਕਦਾ ਚੰਦਰਮੁਖੀ ਤੇ ਡੁੱਲ ਨਹੀਂ ਸਕਦਾ ਰੁਕਮਣੀ ਰਾਧਾ ਸੰਤ ਕੋਈ ਲੀਲਾ ਕਰਨਾ ਦੇ ਹੋ ਤੁਲ ਨਹੀਂ ਸਕਦਾ ਮੇਰੇ ਦਾਮਨ ਤੇ ਲੱਖ ਧੱਬੇ ਜਿੱਦਾਂ ਧੋਇਆ ਤੁਲ ਨਹੀਂ ਸਕਦਾ ਮੈਂ ਹਾਂ ਇੱਕ ਨਿਮਾਣਾ ਬੁੱਲਾ ਚੱਕੜ ਵਾਸਤੇ ਝੁੱਲ ਨਹੀਂ ਸਕਦਾ। ਜੀ ਇੱਕ ਹੋਰ ਨਾਲੋ ਨਾਲ ਜੀ ਹਾਂਜੀ 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 ਤੁਹਾਡੀਆਂ ਜਸਵੀਰ ਕੌਰ ਬਦਰਾ ਨੇ ਵੀ ਬਹੁਤ ਬਹੁਤ ਸੋਹਣਾ ਔਰ ਖਾਸ ਕਰਕੇ ਉਹ ਕਹਿੰਦੇ ਨੇ ਲਾਂਬੂ ਕਿੰਜ ਬੁਝਾਵਾਂ ਵੇ ਸਜਣਾ ਲਾਂਬੂ ਕਿਸ ਕਿੰਜ ਬੁਝਾਵਾਂ ਉਹਨਾਂ ਦੇ ਉਹ ਕਿਹਦੇ ਖੂਹ ਦਾ ਪਾਣੀ ਅੜਿਆ ਇਸ ਬਲਦੀ ਤੇ ਪਾਵਾਂ ਬਹੁਤ ਅੱਛੇ ਇਹ ਤੁਹਾਡੇ ਕੋਲ ਸੁਣਨੀ ਚਾਹਵਾਂਗੇ ਤੇ ਹੋਰ ਵੀ ਜੋ ਕੁਝ ਤੁਸੀਂ ਸਮਝਦੇ ਹੋ ਜਿਹਨੂੰ ਬਾਰ ਬਾਰ ਸੁਣਨ ਵਾਸਤੇ ਕਿਹਾ ਜਾਂਦਾ ਮੈਂ ਚਾਹੁੰਦਾ ਹੈਗਾ ਕਿ ਸਰੋਤਾ ਗਣ ਜਿਹੜੇ ਹੈਗੇ ਨੇ ਉਹ ਇੰਜੋਏ ਕਰ ਰਹੇ ਨੇ ਇਸ ਗੱਲ ਨੂੰ ਔਰ ਉਹਨਾਂ ਨੂੰ ਉਹ ਚੀਜ਼ ਜਿਹੜੀ ਹੈਗੀ ਮਿਲਦੀ ਜਾਵੇ ਤੇ ਆਪਣੇ ਕੋਲ ਕੋਈ ਸਿਰਫ 14 ਕੁ ਮਿੰਟ ਬਾਕੀ ਰਹਿ ਗਏ ਨੇ ਸੋ ਆਪਣੀਆਂ ਜਿਹੜੀਆਂ ਸਿਲੈਕਸ਼ਨਸ ਹੈਗੀਆਂ ਨੇ ਉਸ ਹਿਸਾਬ ਨਾਲ ਜਿਹੜਾ ਹੈਗਾ ਜੁੜਦੇ ਜਾਣਾ। ਜੀ ਮੈਂ ਕਵਿਤਾ ਸੁਣਾ ਰਿਹਾ ਜੀ ਸੂਰਜ ਜੀ ਚੜ੍ਹਦਾ ਏ ਭਾਵੇਂ ਲਹਿੰਦਾ ਏ ਸੂਰਜ ਤਾਂ ਸੂਰਜ ਰਹਿੰਦਾ ਕਈ ਇਹ ਜਿਹੜੀ ਕਵਿਤਾ ਦਾ ਸੰਬੰਧ ਹੈ ਇਹ ਸੂਰਜ ਨਾਲ ਘੱਟ ਇਹ ਜ਼ਿੰਦਗੀ ਨਾਲ ਜ਼ਿਆਦਾ ਜਦੋਂ ਕੋਈ ਬੰਦਾ ਡਿੱਗਦਾ ਉਹਨੂੰ ਸਾਰੇ ਕਹਿ ਲੈਂਦੇ ਆ ਕਿ ਇਹ ਬੰਦਾ ਤਾਂ ਗਿਆ ਸਭ ਲੋਕ ਪੱਕੇ ਪੰਜਾਬੀ ਦੀ ਕਹਾਵਤ ਹੈ ਕਿ ਚੜ੍ਹਦੇ ਸੂਰਜ ਨੂੰ ਸਲਾਮ ਲੈ ਠੀਕ ਤੇ ਮੈਂ ਸੂਰਜ ਬਾਰੇ ਹੋਰ ਗੱਲ ਕਹੀ ਹੈ ਉਹ ਸਾਰੇ ਪੇਸ਼ੇ ਖਿਦਮਤ ਹੈ ਸੁਣਨਾ ਪਈ ਚੜ੍ਹਦਾ ਏ ਭਾਵੇਂ ਲਹਿੰਦਾ ਏ ਸੂਰਜ ਤਾਂ ਸੂਰਜ ਰਹਿੰਦਾ ਏ ਅੱਜ ਉਤਰੇ ਹਾਂ ਤਾਂ ਕੀ ਹੋਇਆ ਇਸ ਗੱਲ ਦਾ ਤੂੰ ਨਾ ਫਿਕਰ ਕਰੀ ਭਲਕੇ ਜਦ ਫਿਰ ਚੜ੍ਹਨਾ ਏ ਦੇਖਾਂਗੇ ਪਕਸ਼ ਕੌਣ ਸਹਿੰਦਾ ਏ ਦੇਖਾਂ ਚੜ੍ਹਦਾ ਏ ਭਾਵੇਂ ਲਹਿੰਦਾ ਏ ਸੂਰਜ ਤਾਂ ਸੂਰਜ ਰਹਿੰਦਾ ਕਿੰਨਾ ਜਿੱਤਿਆ ਹਾਂ ਕਿੰਨਾ ਹਾਰਿਆ ਹਾਂ ਇਸ ਗੱਲ ਦਾ ਕੋਈ ਗਣਤ ਨਹੀਂ ਪਰ ਜਿੱਤਣ ਨਾਲੋਂ ਹਾਰਨ ਵਿੱਚ ਇੱਕ ਮਜ਼ਾ ਲੱਗ ਗਿਆ ਰਹਿੰਦਾ ਏ ਚੜ੍ਹਦਾ ਏ ਭਾਵੇਂ ਲਹਿੰਦਾ ਏ ਸੂਰਜ ਤਾਂ ਸੂਰਜ ਰਹਿੰਦਾ ਅਗਲੀ ਵਾਰ ਲਾਲੀ ਪੋ ਫਟਾਲੇ ਦੀ ਅੱਜ ਤੱਕ ਵੀ ਮੁੱਖ ਤੇ ਕਾਇਮ ਹੈ ਲਾਲੀ ਪੋ ਫਟਾਲੇ ਦੀ ਅੱਜ ਤੱਕ ਵੀ ਮੁੱਖ ਤੇ ਕਾਇਮ ਹੈ ਦੇਖਾਂਗੇ ਹਨੇਰਾ ਰਾਤਾਂ ਦਾ ਅਜੇ ਹੋਰ ਕਿੰਨਾ ਚਿਰ ਰਹਿੰਦਾ ਏ ਚੜ੍ਹਦਾ ਏ ਭਾਵੇਂ ਲਹਿੰਦਾ ਏ ਸੂਰਜ ਤਾਂ ਸੂਰਜ ਰਹਿੰਦਾ ਅਗਲੀ ਗੱਲ ਸੁਣਨ ਵਾਲੀ ਜੀ ਹਰ ਹਾਰ ਚ ਜਿੱਤਾਂ ਛਿਪੀਆਂ ਨੇ ਹਰ ਹਾਰ ਚ ਜਿੱਤਾਂ ਛੁਪੀਆਂ ਨੇ
ਐਵੇਂ ਨਾ ਸੱਜਣਾ ਡੋਲ ਜਾਵੀ ਸੋਨੇ ਨੂੰ ਜੇਵਰ ਬਣ ਲਈ ਅਗਨੀ ਚੋ ਗੁਜ਼ਰਨਾ ਪੈਂਦਾ ਬਹੁਤ ਅੱਛਾ ਜ਼ਿੰਦਗੀ ਨੂੰ ਤੱਕਣਾ ਚਾਹੁੰਦਾ ਹੈ ਮਾਨ ਸਾਹਿਬ ਜ਼ਿੰਦਗੀ ਨੂੰ ਤੱਕਣਾ ਚਾਹੁੰਦਾ ਹੈ ਤਾਂ ਗੌ ਨਾਲ ਤੱਕ ਦਰਿਆ ਮਨ ਜ਼ਿੰਦਗੀ ਨੂੰ ਤੱਕਣਾ ਚਾਹੁੰਦਾ ਹੈ ਤਾਂ ਗੌ ਨਾਲ ਤੱਕ ਦਰਿਆਵਾਂ ਨੂੰ ਕੀ ਲੇਖਾ ਉਹਨਾਂ ਪਾਣੀਆਂ ਦਾ ਜੋ ਬੇਪਰਵਾਹ ਰਹਿੰਦਾ ਹੈ ਚੜਦਾ ਹੈ ਭਾਵੇਂ ਲਹਿੰਦਾ ਹੈ ਸੂਰਜ ਤਾਂ ਸੂਰਜ ਰਹਿੰਦਾ ਹੈ ਅੱਜ ਉਤਰੇ ਹਾਂ ਤਾਂ ਕੀ ਹੋਇਆ ਜੇ ਅੱਜ ਡਿੱਗ ਪਏ ਨਾ ਇਸ ਗੱਲ ਦਾ ਤੂੰ ਨਾ ਫਿਕਰ ਕਰੀ ਜੇ ਉਤਰੇ ਹਾਂ ਤਾਂ ਕੀ ਹੋਇਆ ਇਸ ਗੱਲ ਦਾ ਤੂੰ ਨਾ ਫਿਕਰ ਕਰੀ ਭਲਕੇ ਜਦ ਫਿਰ ਚੜ੍ਹਨਾ ਹੈ ਦੇਖਾਂਗੇ ਤਪਸ਼ ਕੌਣ ਸਹਿੰਦਾ ਹੈ ਦੇਖਾਂਗੇ ਤਪਸ਼ ਕੌਣ ਸਹਿੰਦਾ ਹੈ ਚੜ੍ਹਦਾ ਹੈ ਭਾਵੇਂ ਲਹਿੰਦਾ ਹੈ ਸੂਰਜ ਤਾਂ ਸੂਰਜ ਰਹਿੰਦਾ ਬਾਬਾ ਬਹੁਤ ਅੱਛਾ ਬਹੁਤ ਅੱਛੇ ਇੱਕ ਪ੍ਰਸਿੱਧ ਗੀਤਕਾਰ ਜੀਤ ਕਦੋਂ ਵਾਲਾ ਜੀ ਉਹ ਸਾਡੇ ਰੇਡੀਓ ਚੰਨ ਪਰਦੇਸੀ ਦੇ ਟੀਮ ਮੈਂਬਰ ਵੀ ਨੇ ਬਹੁਤ ਸੋਹਣਾ ਲਿਖਦੇ ਨੇ ਔਰ ਉਹਨਾਂ ਦੇ ਕਲਾਮ ਨੂੰ ਬਹੁਤ ਵੱਡੇ ਵੱਡੇ ਗਵਾਈਆਂ ਨੇ ਗਾਇਆ ਸੋ ਉਹਨਾਂ ਵੱਲੋਂ ਇਹ ਸ਼ਬਦ ਆਉਣੇ ਬਹੁਤ ਹੀ ਦਿਲ ਟੁੰਬਣ ਵਾਲੀਆਂ ਗੱਲਾਂ ਵਾਹ ਵਾਹ ਮਿਹਰਬਾਨੀ ਜੀਤ ਕਦੋਂ ਜੀ ਹਮੇਸ਼ਾ ਚੰਗਾ ਲੱਗਦਾ ਹੈ ਤੁਹਾਡੇ ਕੋਲੋਂ ਗੱਲ ਸੁਣ ਕੇ ਔਰ ਤੁਹਾਨੂੰ ਗੱਲ ਕਹਿਣ ਦੀ ਵੈਸੇ ਵੀ ਜਾਂਚ ਹੈ ਜੀ ਹਾਂਜੀ ਕੱਦੋਂ ਵਾਲਾ ਸਾਹਿਬ ਤੁਹਾਨੂੰ ਪਹਿਲਾਂ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਬਹੁਤ ਵੱਡੇ ਗੀਤਕਾਰ ਨੇ ਉਹਨਾਂ ਵਾਸਤੇ ਵੀ ਕੁਛ ਨਾ ਕੁਛ ਮੈਂ ਸੁਣਾਉਂਗਾ ਜੇ ਤੁਸੀਂ ਸੁਣਨਾ ਚਾਹੋ ਤਾਂ ਮੈਂ ਹੁਣੇ ਸੁਣਾ ਦਿੰਦਾ ਕੋਈ ਸਵਾਲ ਹੈ ਤਾਂ ਕਰ ਲਓ ਮੈਂ ਨਹੀਂ ਨਹੀਂ ਸਵਾਲ ਕੋਈ ਨਹੀਂ ਬਸ ਉਹਨਾਂ ਨੇ ਆਪਣਾ ਕਮੈਂਟ ਹੀ ਦਿੱਤਾ ਸੀ ਜੀ ਜੀ ਫਿਰ ਮੈਂ ਕਦ ਤੱਕ ਹੋਰ ਸੁਣਾ ਦਿੰਦਾ ਜੀ ਇਹ ਕਵਿਤਾ ਹਾਂਜੀ ਕੁਆਰੀਆਂ ਸਦਰਾਂ ਤੇਰੇ ਵੱਜੋਂ ਵੇਖੀਆਂ ਨੀ ਸਦਰਾਂ ਕੁਆਰੀਆਂ ਦੱਸ ਕਦੋਂ ਆਣ ਕੇ ਵਿਆਹਣਾ ਤੂੰ ਮਾਂ ਨੇ ਸੰਭਾਲੀ ਫੁਲਕਾਰੀ ਤੇਰੇ ਵਾਸਤੇ ਦੱਸ ਕਦੋਂ ਸਾਡੇ ਪਿੰਡ ਆਉਣਾ ਤੂੰ ਥੋੜਾ ਜਾ ਤਹਮਲ ਨਾਲ ਤੇ ਥੋੜਾ ਜਾ ਜ਼ਰਾ ਜ਼ੋਰ ਦੇ ਕੇ ਉਹਨੂੰ ਸੁਣਾਓ ਕਿਉਂਕਿ ਉਹ ਗੱਲ ਬੜੀ ਬਰੀਕੀ ਵਾਲੀ ਹੈਗੀ ਹੈ ਸੋ ਉਹਨੂੰ ਮੇਰਾ ਖਿਆਲ ਜਿੰਨਾ ਕੁ ਸਹਿਜ ਨਾਲ ਸੁਣਾਓਗੇ ਉਹ ਜ਼ਿਆਦਾ ਚੰਗਾ ਲੱਗੂਗਾ ਫਿਰ ਕਹਿਣਾ ਹਾਂਜੀ ਮਨ ਸਾਹਿਬ ਜੀ ਤੇਰੇ ਵੱਜੋਂ ਬੈਠੀਆਂ ਨੀ ਸਦਰਾਂ ਕੁਆਰੀਆਂ ਦੱਸ ਕਦੋਂ ਆਣ ਕੇ ਵਿਆਹਣਾ ਤੂੰ ਮਾਂ ਨੇ ਸੰਭਾਲੀ ਫੁਲਕਾਰੀ ਤੇਰੇ ਵਾਸਤੇ ਦੱਸ ਕਦੋਂ ਸਾਡੇ ਪਿੰਡ ਆਉਣਾ ਤੂੰ ਖੇਰਵਾ ਜਾ ਕਰੀ ਬੈਠੇ ਚੁੱਲ੍ਹੇ ਤੇ ਕੰਧੋਲੀਆਂ ਆ ਕੇ ਕਦੇ ਹਾਰੇ ਅੱਗ ਬਾਲ ਦੇ ਗੰਦਲਾ ਤੇ ਆਇਆ ਸਾਗ ਰੇਲਣ ਸਰੋਂ ਦਾ ਗੋਰੀ ਹੱਥਾਂ ਨਾਲ ਘੋਟ ਕੇ ਖਵਾਲ ਦੇ ਸਰਦੀ ਜੀ ਉੱਥੇ ਮਾਂ ਮੱਗਰ ਦੀ ਠੰਡ ਉੱਤੋਂ ਚੌਂਕੇ ਵਿੱਚ ਟੇਡੇ ਫਿਰੇ ਖਾਣਗੀ ਆਖਦੀ ਹੈ ਨਿਕਲੇ ਜਿੰਦ ਵੇ ਸਖਾਲੀ ਪੁੱਤਾ ਬਹੂ ਤੇਰੀ ਕਦੋਂ ਘਰ ਆਵੇ ਖਰਦੀ ਜੀ ਉੱਥੇ ਮਾਂ ਮੱਗਰ ਦੀ ਠੰਡ ਉੱਤੋਂ ਚੌਂਕੇ ਵਿੱਚ ਟੇਡੇ ਫਿਰੇ ਖਾਣਗੀ ਆਖਦੀ ਹੈ ਨਿਕਲੇ ਜਿੰਦ ਵੇ ਸਖਾਲੀ ਪੁੱਤਾ ਬਹੂ ਤੇਰੀ ਕਦੋਂ ਘਰ ਆਵੇ ਸੱਖਣੀ ਜੀ ਲੰਘੀ ਹੈ ਦਿਵਾਲੀ ਬਿਨਾ ਦੀਵਿਆਂ ਤੋਂ ਉੱਕਾ ਨਾ ਤਿਉਹਾਰ ਮੈਨੂੰ ਭਾਂਵਦੇ ਮਲ ਘੜੇ ਪਾਲਾ ਪੈਰ ਵਿਹੜੇ ਤੈਨੂੰ ਵਾਸਤਾ ਹੀ ਲੋਹੜੀਆਂ ਦੇ ਗੀਤ ਨੇ ਬੁਲਾਉਂਦੇ ਸਾਹਾਂ ਵਿੱਚ ਸਾਹਾਂ ਚ ਸਗੰਧੀਆਂ ਵਖੇਰਨ ਕਸੂਰੀਆਂ ਆਵੇ ਜਦੋਂ ਮਿੱਠੀ ਤੇਰੀ ਯਾਦ ਨੀ ਅੱਜ ਵੀ ਉਹ ਚੇਤਿਆਂ ਚ ਚੇਤਰ ਵਸੇਂਦਾ ਜਦੋਂ ਲਾਏ ਸੀ ਤੂੰ ਆ ਕੇ ਰੰਗ ਭਾਲੀ ਸਾਹਾਂ ਚ ਸਗੰਧੀਆਂ ਵਖੇਰਨ ਕਸੂਰੀਆਂ ਆਵੇ ਜਦੋਂ ਤੇਰੀ ਮਿੱਠੀ ਯਾਦ ਨੀ ਅੱਜ ਵੀ ਉਹ ਚੇਤਿਆਂ ਚ ਚੇਤਰ ਵਸੇਂਦਾ ਜਦੋਂ ਲਾਏ ਸੀ ਤੂੰ ਆ ਕੇ ਰੰਗ ਭਾਲੀ ਦੁੱਧ ਚਿੱਟੇ ਹੋਏ ਪਏ ਮਾਲਵੇ ਦੇ ਖੇਤ ਸਾਰੇ ਅਸੀਂ ਮਾਨ ਸਾਹਿਬ ਮਾਲਵੇ ਨੂੰ ਬਿਲੋਂਗ ਕਰਦੇ ਜਿੱਥੇ ਨਰਮੇ ਦੀ ਫਸਲ ਹੁੰਦੀ ਹੈ ਕਪਾਹ ਦੀ ਬਿਲਕੁਲ ਬਿਲਕੁਲ ਦੁੱਧ ਚਿੱਟੇ ਹੋਏ ਪਏ ਮਾਲਵੇ ਦੇ ਖੇਤ ਸਾਰੇ ਦੂਜੀ ਚੋਣੀ ਲੱਗੀ ਹੈ ਕਪਾਹ ਨੂੰ ਹੁਕਮ ਚਲਾਵੇ ਨੀ ਤੂੰ ਚੋਣੀਆਂ ਤੇ ਆ ਕੇ ਖੇਤੀ ਨਾਲੇ ਨੀ ਬਣਾਵੇ ਹੜੇ ਚਾਹ ਤੂੰ ਚੋਣੀਆਂ ਹੁੰਦੀਆਂ ਜੀ ਸ਼ਾਇਦ ਦੁਆਬੇ ਦੇ ਜਾਂ ਮਾਝੇ ਦੇ ਲੋਕਾਂ ਨੂੰ ਪਤਾ ਨੀ ਹੋਣਾ ਚੋਣੀਆਂ ਹੁੰਦੀਆਂ ਜਿਹੜੀਆਂ ਬੀਬੀਆਂ ਉਹ ਨਰਮਾ ਚੁਗਣ ਵਾਸਤੇ ਜਾਂਦੀਆਂ ਚਾਹੇ ਉਹ ਲੇਬਰ ਤੇ ਜਾਂਦੀਆਂ ਚਾਹੇ ਉਹ ਘਰ ਦੀਆਂ ਬੀਬੀਆਂ ਨੇ ਉਹਨਾਂ ਨੂੰ ਚੋਣੀਆਂ ਕਿਹਾ ਜਾਂਦਾ ਸਹੀ ਹੈ ਦੁੱਧ ਚਿੱਟੇ ਹੋਏ ਪਏ ਮਾਲਵੇ ਦੇ ਖੇਤ ਸਾਰੇ ਦੂਜੀ ਚੋਣੀ ਲੱਗੀ ਹੈ ਕਪਾਹ ਨੂੰ ਜਿਹਨਾਂ ਕਿ ਦੂਜੀ ਵਾਰ ਚੁਗਣ ਲੱਗੇ ਹੋਏ ਆ ਤਿੰਨ ਚਾਰ ਵਾਰ ਚੁਗਿਆ ਜਾਂਦਾ ਦੁੱਧ ਚਿੱਟੇ ਹੋਏ ਪਏ ਮਾਲਵੇ ਦੇ ਖੇਤ ਸਾਰੇ ਦੂਜੀ ਚੋਣੀ ਲੱਗੀ ਹੈ ਕਪਾਹ ਨੂੰ ਹੁਕਮ ਚਲਾਵੇ ਨੀ ਤੂੰ ਚੋਣੀਆਂ ਤੇ ਆ ਕੇ ਖੇਤੀ ਨਾਲੇ ਨੀ ਬਣਾਵੇ ਅੜੇ ਚਾਹ ਤੂੰ ਅੰਬਰਾਂ ਤੇ ਕਰਦੀਆਂ ਫਿਰ ਨਠਕੇਲੀਆਂ ਹਰੀਆਂ ਤੇ ਪੀਲੀਆਂ ਪਤੰਗਾਂ ਨੀ ਸਿੰਘਾਂ ਨੂੰ ਮਲਾਉਣ ਜਦ ਜੋੜੇ ਪੰਖੇਰੀਆਂ ਦੇ ਦਿਲ ਵਿੱਚ ਛਿੜਨ ਉਮੰਗਾਂ ਨੀ
सुखी सभा पंजा दी मैं देख सुख सांध दी बाबा जी दी इस संग्राम ते बाबा तेरे नाल लौनी सुख दर ते गुरां दे जाके ज्यों ही जन्ना इसे वन सांग संवेदनशील मित्र ने बहुत वधिया नामा निगार ने बहुत सोहना लिखदे ने कलम नवीस ने बलबीर बब्बी जी भी तुहानू सलाम भेज रहे ने बा कमाल जी बहुत मेहरबानी बलबीर बब्बी जी तुहाडा जिहड़ा प्रतिक्रम है ਉਹ ਸਤਵਿੰਦਰ ਜੀ ਕੋਲ ਪਹੁੰਚ ਗਿਆ ਤੇ ਬਹੁਤ ਚੰਗਾ ਲੱਗਦਾ ਵੀ ਤੁਸੀਂ ਨਾਲ ਜੁੜੇ ਹੋਏ ਹੋ ਤੇ ਯਾ ਤੇ ਜੀਤ ਕਦੋਂ ਵਾਲਾ ਫਿਰ ਕਹਿ ਰਹੇ ਨੇ ਵਾਹ 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 ਧੰਨ ਭਾਗ ਜੀ ਚੋਣ ਵੀ ਸਹੀ ਹੈ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਜੀ ਕਦੋਂ ਵਾਲਾ ਜੀ ਜੀ जी बस थोड़ी कोई होर विशेष गल जेड़ी अपा हुण तक मेरे वलियों प्रश्न दे तौर दे उपर ना आई होवे और तुसी स्रोतियां नाल सांझी करना चाहुंदे होवो ओ भी कर सकदे हो मंच हाजिर है ਮਾਨ ਸਾਹਿਬ ਮੈਂ ਕਹਿੰਦਾ ਕਿ ਆਲਮੋਸਟ ਜਿਹੜਾ ਹੈਗਾ ਜਿੰਨਾ ਵੀ ਤੁਸੀਂ ਹੈਗਾ ਤੁਸੀਂ ਬੜੇ ਬੜੇ ਵਧੀਆ ਜਿਹੜੇ ਹੈਗੇ ਨੂੰ ਚੰਗੇ ਤਰੀਕੇ ਨਾਲ ਪੇਸ਼ ਕਰ ਰਹੇ ਹੋ ਆਲਮੋਸਟ ਸਾਰਾ ਕੁਛ ਹੀ ਪੁੱਛ ਗਏ ਹੋ ਨਾਲੇ ਉਹ ਸਵਾਲ ਵੀ ਨਹੀਂ ਹੁੰਦੇ ਗੱਲਾਂ ਗੱਲਾਂ 'ਚ ਹੀ ਪੁੱਛ ਜਾਂਦੇ ਹੋ ਤੇ ਮੈਂ ਕਹਿੰਦਾ ਕਿ ਆਪਾਂ ਕਵਿਤਾਵਾਂ ਦਾ ਸਿਲਸਿਲਾ ਹੀ ਜਾਰੀ ਰੱਖੀਏ ਕਿਉਂਕਿ ਮੈਂ ਜਿਹੜੇ ਵੈਸੇ ਬੇਸਿਕਲੀ ਮੈਂ ਮੇਰਾ ਜਿਹੜਾ ਜਨਮ ਹੈ ਉਹ ਪਿੰਡ ਕੋਟਸੱਤਾ ਵਿੱਚ ਹੋਇਆ ਜੋ ਡਿਸਟ੍ਰਿਕਟ ਬਠਿੰਡਾ 'ਚ ਠੀਕ ਤਲਵੰਡੀ ਸਾਬੋ ਦੇ ਬਿਲਕੁਲ ਨੇੜੇ ਪੈਂਦਾ ਜੀ ਜੇ ਆਪਾਂ ਗੱਲ ਇਹ ਸ਼ਾਇਦ ਸ਼ੁਰੂ ਚ ਕਰਨ ਵਾਲੀ ਸੀ ਤੇ 20 ਸਾਲ ਮੈਂ ਜ਼ਿੰਦਗੀ ਦੇ 20-21 ਸਾਲ ਉੱਥੇ ਕੱਟੇ ਤੇ 20 ਸਾਲ ਮੈਂ ਇੱਥੇ ਮੁਕਤਸਰ ਸ਼ਹਿਰ ਚ ਕੱਟ ਲਏ ਆ ਤੇ ਉਹ ਪਰ ਜਿਹੜਾ ਕਹਿੰਦੇ ਜਿੱਥੇ ਬੜਾ ਜਨਮ ਹੋਇਆ ਹੁੰਦਾ ਕਰਮ ਭੂਮੀ ਨੇ ਬਹੁਤ ਕੁਛ ਦਿੱਤਾ ਮੁਕਤਸਰ ਨੇ ਮੈਨੂੰ ਪਰ ਜਨਮ ਭੂਮੀ ਬੰਦੇ ਨੂੰ ਕਦੇ ਨੀ ਭੁੱਲਦੀ ਤੁਸੀਂ ਵੀ ਵਿਦੇਸ਼ਾਂ ਜਾ ਬੈਠੇ ਹੋ ਤੇ ਤੁਹਾਨੂੰ ਵੀ ਆਪਣੀ ਜਨਮ ਭੂਮੀ ਨਹੀਂ ਭੁੱਲਦੀ ਹੋਣੀ ਤੇ ਉਸ ਦਿਨ ਮੈਂ ਕੁਛ ਲਿਖਿਆ ਹੈਗਾ ਮੇਰਾ ਜਿਹੜਾ ਇਲਾਕਾ ਉਹਨੂੰ ਸਾਬੋ ਦਾ ਇਲਾਕਾ ਕਿਹਾ ਜਾਂਦਾ ਜ਼ਰੂਰ ਇੱਕ ਗੱਲ ਬੜੀ ਪ੍ਰਚਲਿਤ ਹੈ ਕਿ ਅਸੀਂ ਬਠਿੰਡੇ ਵਾਲੇ ਬਾਵੇ ਨੂੰ ਬੱਬਾ ਬੋਲਦੇ ਹਾਂ ਤੇ ਬੱਬੇ ਨੂੰ ਬਾਵਾ ਬੋਲਦੇ ਹਾਂ ਜੱਜੇ ਨੂੰ ਜਈਆ ਬੋਲਦੇ ਤੇ ਜਈਏ ਨੂੰ ਜੱਜਾ ਬੋਲਦੇ ਇਹ ਗੱਲ ਆਮ ਪ੍ਰਚਲਿਤ ਹੈ ਸਾਡੀ ਭਾਸ਼ਾ ਚ ਕਿਉਂਕਿ ਕਹਿੰਦੇ ਹੁੰਦੇ ਵੀ ਸਾਰੀਆਂ ਲੈਂਗੁਏਜ ਜਿਹੜੀਆਂ ਹੈਗੀਆਂ ਡਾਇਲੈਕਟ ਜਾਂ ਉਪ ਬੋਲੀਆਂ ਜਿਹੜੀਆਂ ਪੰਜਾਬ ਦੀਆਂ ਵੱਖ ਵੱਖ ਵੱਖਰੀਆਂ ਵੱਖਰੀਆਂ ਨੇ ਤੇ ਉਸ ਤੇ ਮੈਂ ਇੱਕ ਕਵਿਤਾ ਲਿਖੀ ਹੈ ਸਾਬੋ ਵਾਲਾ ਮੇਰੀ ਹੋਂਦ ਤੇ ਮੇਰਾ ਟਿਕਾਣਾ ਨੀ ਮੈਂ ਸਾਬੋ ਵਾਲਾ ਬੱਬਾ ਆਖਾਂ ਵਾਹਵੇ ਨੂੰ ਨੀ ਮੈਂ ਸਾਬੋ ਵਾਲਾ ਬੱਬਾ ਆਖਾਂ ਵਾਹਵੇ ਨੂੰ ਅਸੀਂ ਬਾਗਿਆ ਆਂਦੇ ਚੱਲ ਗਏ ਨੂੰ ਮਟਿਆਰ ਅਸੀਂ ਬਾਗਿਆ ਕਹਿੰਦੇ ਨੀ ਮੈਂ ਸਾਬੋ ਵਾਲਾ ਬੱਬਾ ਆਖਾਂ ਵਾਹਵੇ ਨੂੰ ਅਸੀਂ ਬਾਗਿਆ ਆਂਦੇ ਚੱਲ ਗਏ ਨੂੰ ਮਟਿਆਰੇ ਸਾਡੇ ਜੱਜਾ ਯਈਆ ਬੋਲਣ ਦੇ ਵੀ ਰੌਲੇ ਨੇ ਸਾਡੇ ਜੱਜਾ ਯਈਆ ਬੋਲਣ ਦੇ ਵੀ ਰੌਲੇ ਨੇ ਯਾਰ ਨੂੰ ਯਾਰ ਨਿਕਲ ਜੇ ਮੁੱਖੋਂ ਆਪ ਮੁਹਾਰੇ ਇਹ ਪਹਿਚਾਣ ਅਸਾਡੀ ਬੋਲੀ ਯਾਰੋ ਸਾਬੋ ਕੀ ਲੋਕੀ ਜਾਣਨ ਸਾਨੂੰ ਵਿੱਚ ਦਿਸ਼ਾਵਾਂ ਚਾਰੇ ਘਰੋਂ ਤੁਰੀਏ ਲੈ ਕੇ ਓਟ ਦਮਦਮੇ ਵਾਲੇ ਦੀ ਸਦਾ ਸਿੱਜਦਾ ਸਾਡਾ ਉਸੇ ਦੇ ਦਰਬਾਰੇ ਅੱਜ ਬੋਲ ਬਰੇਂਦੇ ਸਾਬੋ ਵਾਲੇ ਟਿੱਬਿਆਂ ਚ ਸਾਬੋ ਦਾ ਇਲਾਕਾ ਸੀ ਨਾ ਜਿਹੜਾ ਸਾਡਾ ਜੀ ਉਹ ਟਿੱਬਿਆਂ ਵਾਸਤੇ ਜਾਣਾ ਜਾਂਦਾ ਅੱਜ ਬੋਲ ਬਰੇਂਦੇ ਸਾਬੋ ਵਾਲੇ ਟਿੱਬਿਆਂ ਚੋਂ ਅੰਬ ਅੱਕਾਂ ਦੀ ਥਾਂ ਉੱਗੇ ਨੇ ਸਰਕਾਰੀ ਇਹ ਜਿਹੜੀ ਅੰਬ ਅੱਕਾਂ ਦੀ ਥਾਂ ਤੋਂ ਉੱਗੇ ਨੇ ਸਰਕਾਰੀ ਇਤਿਹਾਸਕ ਗੱਲ ਹੈ ਠੀਕ ਹੈ ਜਿਹੜਾ ਬਾਬਾ ਡੱਲਾ ਸੀਗਾ ਨਾ ਜੀ ਗੁਰੂ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਕਿਹਾ ਕਹਿੰਦੇ ਜਾ ਡੱਲਿਆ ਅੰਬ ਤੋੜ ਲਿਆ ਉਹ ਕਹਿੰਦੇ ਜੀ ਇਹ ਤਾਂ ਅੱਕ ਨੇ ਕੁਕੜੀਆਂ ਲੱਗੀਆਂ ਹੋਈਆਂ ਨੇ ਕਹਿੰਦੇ ਇਹ ਅੱਕ ਨੀ ਡੱਲਿਆ ਅੰਬ ਹੈ ਜੇ ਤੂੰ ਅੱਜ ਖਾ ਲੈਂਦਾ ਤਾਂ ਅੱਜ ਹੀ ਅੰਬ ਹੋ ਜਾਣੀ ਇਤਿਹਾਸ ਦਾ ਪਤਾ ਨੀ ਹੈਗਾ ਤੇ ਕਹਿੰਦੇ ਅੱਜ ਉਸ ਇਲਾਕੇ ਦੇ ਵਿੱਚ ਦੇਖੋ ਅੰਬ ਉਗਦੇ ਆ ਜਿੱਥੇ ਅੱਕ ਹੁੰਦੇ ਅੱਜ ਬੋਲ ਭਰੇਂਦੇ ਸਾਬੋ ਵਾਲੇ ਟਿੱਬਿਆਂ ਚੋਂ ਅੰਬ ਅੱਕਾਂ ਦੀ ਥਾਂ ਉੱਗੇ ਨੇ ਸਰਕਾਰੇ ਸਾਡੇ ਵੱਡ ਵਡੇਰੇ ਬਹੁਦੇ ਰਹੇ ਹਲ ਊਠਾਂ ਦੇ
ਖਾ ਕੇ ਬੇਰ ਲਥੂੜੇ ਤੀਲਾਂ ਕਰੇ ਜਿਗਾ ਤੀਲਾਂ ਜੀ ਉਹ ਫਲ ਹੁੰਦਾ ਜਿਹੜਾ ਵਣ ਨੂੰ ਲੱਗਦਾ ਬਿਲਕੁਲ ਵਣ ਦੇ ਦਰਖਤ ਨੂੰ ਯਾ ਇਹ ਸ਼ਾਇਦ ਨਵੇਂ ਲੋਕ ਜਾਣਦੇ ਨੇ ਸਾਡੇ ਵੱਡ ਵਡੇਰੇ ਵਾਹੁੰਦੇ ਰਹੇ ਹਲ ਊਠਾਂ ਦੇ ਖਾ ਕੇ ਬੇਰ ਲਥੂੜੇ ਤੀਲਾਂ ਕਰੇ ਗੁਜ਼ਾਰੇ ਅੱਜ ਕਿੰਨੂ ਕਿਧਰੇ ਲੱਗੇ ਬਾਗ ਅੰਗੂਰਾਂ ਦੇ ਬਿਸਰੇ ਚੁੱਭੜ ਤੁੰਮੇ ਬਾਜਰੇ ਤੇ ਗੁਆਰੇ ਵਾਹ ਵਾਹ ਪਖੜਾ ਲੇਹਾ ਪੋਲੀ ਕਿਧਰੇ ਨਜ਼ਰੀ ਆਉਂਦੇ ਇਹ ਨਦੀਮ ਸੀਗੇ ਜੀ ਕੰਡੇ ਦਾ ਪਖੜਾ ਲੇਹਾ ਪੋਲੀ ਕਿਧਰੇ ਨਜ਼ਰੀ ਆਉਂਦੇ ਨਾ ਲੱਕ ਲੱਕ ਝੋਨਾ ਜਾਈਏ ਕਾਗਰ ਦੇ ਬਲਹਾਰੇ ਅੱਜ ਗੰਗਾ ਗਿਆਨ ਦੀ ਡਹਿਣੀ ਕਾਸ਼ੀ ਗੁਰੂਆਂ ਦੀ ਉੱਚੀਆਂ ਦੇਣ ਤਲੀਮਾਂ ਵਿਦਿਆ ਦੇ ਅਦਾਰੇ ਅਸੀਂ ਆਪ ਮੁਹਾਰੇ ਬਾਈ ਫੁੱਲ ਲਕਾਈ ਦੇ ਅਸੀਂ ਬਠਿੰਡੇ ਵਾਲੇ ਬਾਈ ਕਹਿੰਦੇ ਹਾਂ ਜੀ ਜਾਂ ਮੁਕਤਸਰ ਵਾਲੇ ਵੀ ਬਾਈ ਕਹਿੰਦੇ ਮਾਲਵੇ ਦੇ ਲੋਕੀ ਸਾਰੇ ਬਾਈ ਕਹਿੰਦੇ ਆ ਜਿਹੜੀ ਫਿਰੋਜ਼ਪੁਰ ਤੋਂ ਲੈ ਕੇ ਰੋਪੜ ਤੱਕ ਦੀ ਸਾਰੀ ਬੈਲਟ ਉਹ ਬਾਈ ਕਹਿੰਦੀ ਆ ਤੇ ਜਿਹੜੇ ਹੈਗੇ ਆ ਦੁਆਬੀ ਹੈਗੇ ਸਾਡੇ ਭਰਾ ਉਹ ਭਾਜੀ ਕਹਿੰਦੇ ਆ ਤੇ ਜਿਹੜੇ ਹੈਗੇ ਆ ਮਾਝੇ ਵਾਲੇ ਉਹ ਭਾਊ ਜਾਂ ਹਾਂਜੀ ਉਹ ਤੇ ਗੱਲ ਕਹਿਣ ਲੱਗੇ ਅਸੀਂ ਆਪ ਮੁਹਾਰੇ ਬਾਈ ਕੁੱਲ ਲੁਕਾਈ ਦੇ ਸਾਡਾ ਸਿੱਕਾ ਮੰਨਦੇ ਭਾਊ ਭਾਜੀ ਸਾਰੇ ਅਸੀਂ ਸਾਊ ਬੰਦੇ ਗਿਣਤੀ ਵਿੱਚ ਸ਼ਰੀਫਾਂ ਦੇ ਅਸੀਂ ਸਾਊ ਬੰਦੇ ਗਿਣਤੀ ਵਿੱਚ ਸ਼ਰੀਫਾਂ ਦੇ ਪਰ ਜੋ ਅੱਗੋਂ ਬੋਲੇ ਦਿਨੇ ਦਿਖਾਈਏ ਸਾਰੇ ਲੋ ਜੀ ਅਸੀਂ ਸਾਡੀ ਅਣਖ ਪਿਆਰੀ ਰੱਖੀਏ ਅਸੀਂ ਸਮੇਂ ਦੇ ਅਖੀਰਲੇ ਪਲ ਚ ਪਹੁੰਚ ਗਏ ਹਾਂ ਜੀ ਹਾਂ ਬਿਲਕੁਲ ਅਸੀਂ ਸਮੇਂ ਦੇ ਅਖੀਰਲੇ ਪਲ ਚ ਪਹੁੰਚ ਚੁੱਕੇ ਹਾਂ ਮੈਂ ਆਪਣੇ ਵੱਲੋਂ ਅਦਾਰਾ ਚੰਦ ਪਰਦੇਸੀ ਵੱਲੋਂ ਔਰ ਦੇਸ਼ ਵਿਦੇਸ਼ ਵਿੱਚ ਜੁੜੇ ਹੋਏ ਬਹੁਤ ਹੀ ਸੂਝਵਾਨ ਸਰੋਤਿਆਂ ਦੀ ਤਰਫੋਂ ਤੁਹਾਡਾ ਪ੍ਰੋਗਰਾਮ ਵਿੱਚ ਜੁੜਨ ਵਾਸਤੇ ਬਹੁਤ ਧੰਨਵਾਦ ਜੀ ਆਇਆਂ ਨੂੰ ਬਹੁਤ ਸ਼ਾਨਦਾਰ ਬਹੁਤ ਬਹੁਤ ਮਜ਼ੇਦਾਰ ਇੱਕ ਮਹਿਫਲ ਵਿੱਚ ਇੰਨਾ ਕੁ ਕੁਝ ਹੀ ਸੁਣਿਆ ਜਾ ਸਕਦਾ ਅਤੇ ਸਾਨੂੰ ਉਡੀਕ ਬਣੀ ਰਹੇਗੀ ਕਿਤੇ ਨੇੜੇ ਭਵਿੱਖ ਵਿੱਚ ਫਿਰ ਸਬੱਬ ਬਣੇਗਾ ਅਤੇ ਤੁਹਾਡੇ ਕੋਲੋਂ ਰਹਿੰਦੀਆਂ ਰਚਨਾਵਾਂ ਵੀ ਸੁਣਾਂਗੇ ਬਸ ਮੈਂ ਇਹੀ ਕਹਿਣਾ ਕਿ ਇਸ ਪ੍ਰੋਗਰਾਮ ਦਾ ਲਿੰਕ ਦੋਸਤੋ ਮੇਰੇ ਕੋਲ ਅਵੇਲੇਬਲ ਹੋਏਗਾ ਅਤੇ ਜਿਉਂ ਹੀ ਮੈਨੂੰ ਅਵੇਲੇਬਲ ਹੁੰਦਾ ਮੈਂ ਆਪਣੀ ਟਾਈਮ ਲਾਈਨ ਦੇ ਉੱਪਰ ਵੀ ਪਾਉਣਾ ਅਤੇ ਉਹਨੂੰ ਸ਼ੇਅਰ ਵੀ ਕਰਦਾ ਔਰ ਤੁਸੀਂ ਉਹਨੂੰ ਕੋਈ ਦੋਸਤ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਿਸੇ ਵਜ੍ਹਾ ਕਰਕੇ ਨਹੀਂ ਸੁਣ ਸਕਦੇ ਉਹਨਾਂ ਨੂੰ ਦੁਬਾਰਾ ਅਵਸਰ ਮਿਲਦਾ ਹੈਗਾ ਸੁਣਨ ਵਾਸਤੇ ਅਤੇ ਬਹੁਤ ਅੱਛਾ ਲੱਗਾ ਮੈਂ ਹਮੇਸ਼ਾ ਸਰੋਤਿਆਂ ਕੋਲੋਂ ਪੁੱਛਦਾ ਰਹਿੰਦਾ ਕਿ ਅੱਜ ਦੇ ਪ੍ਰੋਗਰਾਮ ਬਾਰੇ ਤੁਹਾਡੀ ਆਪਣੀ ਕੋਈ ਰਾਏ ਕੋਈ ਟਿੱਪਣੀ ਜਿਹੜੀਆਂ ਤੁਸੀਂ ਹੁਣ ਤੱਕ ਨਹੀਂ ਵੀ ਭੇਜ ਸਕਦੇ ਹੋ ਮੇਰਾ ਈਮੇਲ ਐਡਰੈਸ ਹੈਗਾ gsmaan@chanpardesi.com gsmaan@chanpardesi.com ਬਹੁਤ ਸਾਰੇ ਹੋਰ ਸੱਜਣ ਜੁੜੇ ਹੋਏ ਹੋਣ ਹਨ ਲੇਕਿਨ ਇਹ ਹੈ ਕਿ ਉਹਨਾਂ ਦੇ ਜਿਹੜੇ ਪ੍ਰਤੀਕਰਮ ਨੇ ਉਹ ਵੀ ਪੜ੍ਹਨ ਦਾ ਸਮਾਂ ਨਹੀਂ ਹੈ ਕਿਉਂਕਿ ਸਮਾਂ ਹੋ ਗਿਆ ਮੇਰੇ ਅਗਲੇ ਸਾਥੀ ਮਾਈਕ੍ਰੋਫੋਨ ਲੈ ਕੇ ਤਿਆਰ ਨੇ ਸੋ ਮੈਂ ਆਪਣੇ ਵੱਲੋਂ ਅਦਾਰਾ ਚੰਦ ਪਰਦੇਸੀ ਵੱਲੋਂ ਦੇਸ਼ ਵਿਦੇਸ਼ ਵਿੱਚ ਜੁੜੇ ਹੋਏ ਸੂਝਵਾਨ ਸਰੋਤਿਆਂ ਤਰਫੋਂ ਇੱਕ ਵਾਰੀ ਫਿਰ ਤੋਂ ਸਤਵਿੰਦਰ ਧਨੋਆ ਜੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਅਤੇ ਤੁਹਾਡੇ ਪ੍ਰਤੀਕਰਮ ਜਿਹੜੇ ਹੈਗੇ ਉਹਨਾਂ ਦੀ ਲਗਾਤਾਰ ਉਡੀਕ ਬਣੀ ਰਹਿੰਦੀ ਹੈ ਇਹਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ ਜੀ ਅੱਜ ਇੰਨਾ ਹੀ ਮਨਜ਼ੂਰ ਕਰਨਾ ਅਗਲੇ ਪ੍ਰੋਗਰਾਮ ਦੀ ਤੁਹਾਨੂੰ ਦਾਅਵਤ ਦਿੰਦਾ ਹੋਇਆ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗਾ ਰੱਬ ਰਾਖਾ ਜੀ ਗੁਰਬਚਨ ਮਾਨ ਥੈਂਕ ਯੂ ਜੀ ਓਕੇ ਸਰ ਥੈਂਕ ਯੂ